ਡਾਕਟਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਕੁਰਈਆ ਬੰਦੇ ਨੂੰ ਆਪਣੇ ਪੈਰਾਂ ਤੇ ਕਾਇਮ ਰਹਿਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ ਹੈਡਮਾਸਟਰ ਹਜ਼ਾਰਾ ਸਿੰਘ ਸਦਾ ਆਖਦਾ ਮੈਂ ਕਦੀ ਕਦੀ ਸ਼ਰਾਰਤ ਨਾਲ ਥੋੜੀ ਖੁੱਲ ਲੈ ਲੈਂਦਾ ਬਾਜੀ ਇੱਕ ਗੱਲ ਤਾਂ ਠੀਕ ਹੈ ਵੀ ਬੰਦੇ ਨੂੰ ਪੈਰਾਂ ਤੇ ਕਾਇਮ ਰਹਿਣਾ ਚਾਹੀਦਾ ਪਰ ਪੈਰਾਂ ਤੇ ਕਾਇਮ ਰਹਿਣ ਲਈ ਭਾਰ ਸਾਵਾਂ ਕਰਨ ਵਾਸਤੇ ਜੇ ਕਦੀ ਕਦੀ ਬੰਦਾ ਇੱਧਰ ਉੱਧਰ ਮੜਾ ਜਾਏ ਡੋਲ ਵੀ ਜਾਏ ਤਾਂ ਕੀ ਹਰ ਜਾਏ ਉਹ ਮੇਰੀ ਗੱਲ ਤੇ ਇੰਜ ਹਸਪੰਦ ਦਾ ਜਿਵੇਂ ਕੋਈ ਵੱਡਾ ਬਜ਼ੁਰਗ ਕਿਸੇ ਛੋਟੇ ਬੱਚੇ ਦੀ ਸ਼ਰਾਰਤ ਤੇ ਹੱਸ ਪਵੇ। ਹੁਣ ਮੈਨੂੰ ਲੱਗਦਾ ਸੀ ਮੈਂ ਤਾਂ ਉਹਦੇ ਸਾਹਮਣੇ ਬਿਲਕੁਲ ਬੱਚਾ ਹੀ ਸੀ। ਉਹ ਤਾਂ ਆਕਾਸ਼ ਛੁੰਦਾ ਪਰਬਤ ਸੀ ਤੇ ਮੈਂ ਇੱਕ ਨੁਕਤੇ 'ਚ ਸਿਮਟਿਆ। ਉਹਦੇ ਪੈਰਾਂ 'ਚ ਪਿਆਸ ਲਾ ਛੋਟਾ ਜਿਹਾ ਗੀਟਾ। ਮੇਰਾ ਜੀ ਕੀਤਾ ਉਹਦੇ ਪੈਰਾਂ ਨੂੰ ਛੂਹਾਂ। ਮੇਰੇ ਹੱਥ ਹੌਲੀ-ਹੌਲੀ ਅੱਗੇ ਵਧੇ। ਉਹਦੇ ਜਿਸਮ ਉੱਤੇ ਤਾਣੀ ਚਿੱਟੀ ਚਾਦਰ 'ਚੋਂ ਉਹਦੇ ਪੈਰ ਨੰਗੇ ਹੋ ਰਹੇ ਸਨ। ਮੇਰੇ ਹੱਥੋ ਦੇ ਨੰਗੇ ਪੈਰਾਂ ਤੇ ਚਾਦਰ ਠੀਕ ਕਰਨ ਤੇ ਪਿੱਛੋਂ ਕੰਬਦੀ ਹੋਈ ਵਾਪਸ ਮੇਰੇ ਪੱਟਾਂ ਤੇ ਯਾਨ ਡਿੱਗੇ ਸਕੂਲ ਛੁੱਟੀ ਕਰਤੀ ਗਈ ਸੀ ਪਰ ਬੱਚੇ ਗਰੁੱਪਾਂ ਚ ਵੰਡੇ ਸਕੂਲ ਦੇ ਆਹਾਤੇ ਚ ਹੀ ਬੈਠੇ ਸੀ ਘਰ ਨਹੀਂ ਸੀ ਗਏ ਲੱਗੇ ਦਰੀ ਤੇ ਅਧਿਆਪਕ ਅਧਿਪਕਾਂ ਵਾਂ ਬੈਠੇ ਸਨ ਕਦੀ ਕਦੀ ਕੋਈ ਕੋਈ ਹੌਕਾ ਹਵਾ ਚੁੱਟਦਾ ਕਦੀ ਕਦੀ ਕੋਈ ਅਧਿਆਪਕਾ ਆਪਣੇ ਅੱਖਾਂ ਤੇ ਚੁੰਨੀ ਫੇਰਦੀ ਜਿੰਨਾ ਸਮਾਂ ਮੈਂ ਉਹਦੇ ਸਾਥ ਵਿੱਚ ਕੰਮ ਕਰਦਿਆਂ ਬਤਾਇਆ ਸੀ ਉਹ ਸਮਾਂ ਮੇਰੇ ਜ਼ਹਿਨ ਚ ਦੌੜ ਗਿਆ ਮੈਂ ਉਹਦੇ ਨਾਲ ਦੌੜਨ ਦੇ ਯਤਨ 'ਚ ਸੀ ਪਰ ਮੈਂ ਦੌੜਦਾ ਦੌੜਦਾ ਹਫ ਗਿਆ ਸੀ ਹਫਕੇ ਡਿੱਗ ਵੀ ਪਿਆ ਸੀ ਇਹੋ ਜਿਹੇ ਬੰਦੇ ਇੰਜ ਹੀ ਮਰਦੇ ਹੁੰਦੇ ਨੇ ਮੈਂ ਆਪਣੇ ਮਨ ਅੱਗੇ ਸਫਾਈ ਦਿੱਤੀ ਬਕਵਾਸ ਬੰਦ ਕਰ ਮੇਰੇ ਅੰਦਰੋਂ ਜ਼ੋਰ ਦੀ ਆਵਾਜ਼ ਆਈ ਮੇਰੇ ਕੰਨ ਸਾਂ-ਸਾਂ ਕਰਨ ਲੱਗੇ ਮੱਥੇ ਤੇ ਤਰੇਲੀ ਛੋਟਾਈ ਸਾਰਾ ਸਰੀਰ ਗੁਨਾਹ ਦੇ ਅਹਿਸਾਸ ਨਾਲ ਪਸੀਨਾ ਪਸੀਨਾ ਹੋ ਗਿਆ ਮੈਂ ਹੀ ਤਾਂ ਕੱਲ ਸ਼ਾਮ ਨੂੰ ਇੰਨਾ ਜ਼ੋਰ ਲਾ ਕੇ ਆਪਣੇ ਨਾਲ ਖੜਿਆ ਸੀ ਉਹ ਤਾਂ ਕਦੇ ਵੀ ਚੇਅਰਮੈਨ ਕੋਲ ਜਾਣ ਦੀ ਇੱਛਾ ਨਹੀਂ ਸੀ ਰੱਖਦਾ ਇਹੋ ਜੀ ਚਮਚਾਗਰੀ ਤਾਂ ਉਹਦੇ ਸੂਬਾ ਦਾ ਆਂਗ ਹੀ ਨਹੀਂ ਸੀ ਉਹ ਤਾਂ ਆਪਣੀ ਸ਼ਾਨ ਨਾਲ ਜਿਉਣ ਵਾਲਾ ਬੰਦਾ ਸੀ ਬਿਨਾਂ ਡੋਲਿਆਂ ਆਪਣੇ ਪੈਰਾਂ ਤੇ ਸਿੱਧਾ ਖੜਾ ਰਹਿਣ ਵਾਲਾ ਉਹਨੂੰ ਖੜਾ ਹੋਣ ਲਈ ਕਦੀ ਇਹੋ ਜੀਆਂ ਵਿਸਾਖੀਆਂ ਦੀ ਲੋੜ ਨਹੀਂ ਸੀ ਹੋਈ ਇਹ ਤਾਂ ਮੈਂ ਹੀ ਸੀ ਜੋ ਤਿੰਨ ਚਾਰ ਦਿਨਾਂ ਤੋਂ ਜਦੋਂ ਦਾ ਚੇਅਰਮੈਨ ਐਮਐਲਏ ਬਣਨ ਤੋਂ ਪਿੱਛੋਂ ਵਾਪਸ ਪਿੰਡ ਆਇਆ ਸੀ ਕਹਿ ਰਿਹਾ ਸੀ ਕਿ ਉਹਨੂੰ ਐਮਐਲਏ ਬਣਨ ਤੇ ਉਹਦੀ ਪਾਰਟੀ ਦੀ ਸਰਕਾਰ ਬਣਨ ਦੀ ਵਧਾਈ ਦੇ ਆਈ ਉਹਨੂੰ ਮੇਰੀ ਗੱਲ ਹਰਗिज ਪਸੰਦ ਨਹੀਂ ਸੀ ਮੇਰੀਆਂ ਬਹੁਤ ਸਾਰੀਆਂ ਗੱਲਾਂ ਉਹਨੂੰ ਪਸੰਦ ਨਹੀਂ ਸੀ ਉਹਨੂੰ ਤਾਂ ਇਸ ਦੁਨੀਆ ਦਾ ਬਹੁਤਾ ਕੁਝ ਪਸੰਦ ਨਹੀਂ ਸੀ ਅਸਲ 'ਚ ਉਹ ਤਾਂ ਦੁਨੀਆਦਾਰ ਬੰਦਾ ਹੈ ਹੀ ਨਹੀਂ ਸੀ ਇਸ ਲਈ ਅਜਈਆਂ ਵਧਾਈਆਂ ਦੇਣੀਆਂ ਉਸ ਲਈ ਅਰਥ ਹੀ ਇਨਸਾਨ ਭਾਵੇਂ ਮੈਂ ਵੀ ਅੰਦਰਖਾਤੇ ਚੇਅਰਮੈਨ ਦੇ ਵਿਰੋਧੀ ਉਮੀਦਵਾਰ ਦੀ ਮਦਦ ਕੀਤੀ ਸੀ ਪਰ ਦੁਨੀਆਦਾਰੀ ਵੀ ਤਾਂ ਕੋਈ ਚੀਜ਼ ਹੁੰਦੀ ਹੈ ਸਰਕਾਰੀ ਪਾਰਟੀ ਦਾ ਐਮ.ਐਲ.ਏ ਸੀ ਪਿੰਡ ਦਾ ਬੰਦਾ ਸੀ ਫਿਰ ਬੋਲ ਚੱਲ ਰੱਖ ਕੇ ਵੀ ਖੁਸ਼ ਸੀ ਤੇ ਉਹਨਾਂ ਵੀ ਅੱਜ ਕੱਲ੍ਹ ਦੇ ਜ਼ਮਾਨੇ 'ਚ ਅਗਲੇ ਗੋਚਰੀਆਂ 100 ਲੋੜਾ ਹੁੰਦੀਆਂ ਨੇ ਮੈਂ ਚੇਅਰਮੈਨ ਤੋਂ ਕਿਹੜੇ ਟੱਗੇ ਚਰਾਉਣੇ ਨੇ ਉਹਨੇ ਹੱਸ ਕੇ ਆਖਿਆ ਸੀ ਤੇ ਉਸ ਲਈ ਦੁਨੀਆਦਾਰੀ ਮਹਿਜ਼ ਪਖੰਡ ਸੀ ਦੁਨੀਆਦਾਰ ਹੁੰਦਾ ਤਾਂ ਸਾਰੀ ਜ਼ਿੰਦਗੀ ਮੁਸਾਫਰਾ ਮੰਗ ਉੱਥੋਂ ਇੱਥੇ ਇੱਥੋਂ ਉੱਥੇ ਸ਼ਿਕਾਇਤੀ ਕਿਉਂ ਬਦਲਾ ਰਹਿਂਦਾ ਕਿਉਂ ਸਭ ਥਾਈਂ ਨਰਾਜ਼ਗੀ ਮੁੱਲ ਲੈਂਦਾ ਤੇ ਦਿੰਦਾ ਦੁਨੀਆਦਾਰ ਹੁੰਦਾ ਤਾਂ ਆਪਣੀ ਜੱਦੀ ਜਾਇਦਾਦ ਦਾ ਵੱਡਾ ਹਿੱਸਾ ਐਵੇਂ ਕਿਉਂ ਗਵਾ ਬੈਠਦਾ ਉਹਦੇ ਪਿਤਾ ਹੋਰੇ ਤਿੰਨ ਭਰਾ ਸਨ ਸਭ ਤੋਂ ਵੱਡੇ ਦਾ ਇੱਕੋ ਲੜਕਾ ਸੀ ਤੇ ਸਭ ਤੋਂ ਛੋਟੇ ਦੇ ਹਜ਼ਾਰਾ ਸਿੰਘ ਹੋਰੇ ਤਿੰਨ ਭਰਾ ਸਨ ਵਿਚਕਾਰਲਾ ਤਾਇਆ ਉਹਨਾਂ ਦਾ ਛੜਾ ਹੀ ਰਿਹਾ ਸਭ ਤੋਂ ਵੱਡੇ ਤਾਏ ਨੂੰ ਮਰੇ ਕਈ ਸਾਲ ਹੋ ਗਏ ਸੀ ਵਿਚਕਾਰਲਾ ਲਾਵਲਦ ਤਾਇਆ ਜਦੋਂ ਮਰਿਆ ਤਾਂ ਉਹਦੀ ਜ਼ਮੀਨ ਕਾਨੂੰਨ ਅਨੁਸਾਰ ਉਹਦੇ ਜਿਉਂਦੇ ਭਰਾ ਹਜ਼ਾਰਾ ਸਿੰਘ ਦੇ ਪਿਓ ਦੇ ਨਾਂ ਲੱਗੀ ਹਜ਼ਾਰਾ ਸਿੰਘ ਕਹਿੰਦਾ ਸੀ ਉਸ ਜ਼ਮੀਨ 'ਚੋਂ ਬਰਾਬਰ ਦਾ ਹਿੱਸਾ ਸਭ ਤੋਂ ਵੱਡੇ ਤਾਏ ਦੇ ਲੜਕੇ ਨੂੰ ਵੀ ਮਿਲਣਾ ਚਾਹੀਦਾ ਹੈ ਉਹ ਵੀ ਤਾਂ ਉਸੇ ਦਾਦੇ ਦੀ ਔਲਾਦ ਸੀ ਉਹਦਾ ਪਿਓ ਤਾਂ ਸਹਿਮਤ ਸੀ ਪਰ ਛੋਟੇ ਭਰਾ ਆੜ ਗਏ ਉਹ ਕਹਿੰਦੇ ਸੀ ਕਿ ਉਹਨਾਂ ਕੋਈ ਜ਼ਮੀਨ ਕਿਸੇ ਤੋਂ ਧੱਕੇ ਨਾਲ ਨਹੀਂ ਕੋਈ ਕਾਨੂੰਨ ਨੇ ਉਹਨਾਂ ਨੂੰ ਦਿੱਤੀ ਸੀ ਤਾਂ ਉਹ ਕਿਉਂ ਛੱਡਣ ਪਰ ਹਜ਼ਾਰਾ ਸਿੰਘ ਕਹਿੰਦਾ ਬੰਦੇ ਦੇ ਮਨ ਦਾ ਵੀ ਕੋਈ ਕਾਨੂੰਨ ਹੁੰਦਾ ਹੈ ਤੇ ਜਦੋਂ ਉਹਦੇ ਭਰਾ ਨਾ ਹੀ ਮੰਨੇ ਤਾਂ ਇਸ ਮਨ ਦੇ ਕਾਨੂੰਨ ਮੁਤਾਬਕ ਹੀ ਉਹਨੇ ਜ਼ਮੀਨ ਵੰਡਾ ਕੇ ਆਪਣੇ ਹਿੱਸੇ 'ਚੋਂ ਬਣਦੀ ਜ਼ਮੀਨ ਆਪਣੇ ਤਾਏ ਦੇ ਪੁੱਤਰ ਦੇ ਨਾਂ ਕਰਵਾ ਦਿੱਤੀ ਬੰਦੇ ਨੂੰ ਆਪਣੇ ਪੈਰਾਂ ਤੇ ਕਾਇਮ ਰਹਿਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ ਉਹਦੇ ਭਰਾਵਾਂ ਨੇ ਉਹਦੀ ਇਹ ਗੱਲ ਸੁਣਨ ਦਾ ਕੋਈ ਯਤਨ ਨਹੀਂ ਸੀ ਕੀਤਾ ਤੇ ਫਿਰ ਉਹਨਾਂ ਨੇ ਉਹਦੇ ਲੱਖ ਤਰਲੇ ਕੀਤੇ ਪਰ ਉਹਨੇ ਇੱਕ ਨਹੀਂ ਸੁਣੀ ਹੁਣ ਉਹ ਉਹਨਾਂ ਨਾਲ ਨਹੀਂ ਸੀ ਵਰਤਦਾ ਉਹਦਾ ਮੇਲ ਜੋਲ ਆਪਣੇ ਤਾਏ ਦੇ ਪੁੱਤ ਨਾਲ ਹੀ ਸੀ ਉਹਦੇ ਜੀਵਨ ਦੇ ਇੱਕ ਆਪਣੀ ਤਰਤੀਬ ਸੀ ਉਹਦੇ ਕੁਝ ਆਪਣੇ ਅਸੂਲ ਸਨ ਜਿਨ੍ਹਾਂ ਚੋਂ ਕਦੇ ਕਿਸੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਸੀ ਕਰਦਾ ਉਸ ਲਈ ਇਹ ਅਸੂਲ ਅੰਤਿਮ ਸੱਚ ਸਨ ਉਹ ਸੱਚ ਤੇ ਡਰਟ ਜਾਣ ਸਮੇਂ ਕਿਸੇ ਦੇ ਸਾਥ ਜਾਂ ਸਹਾਇਤਾ ਦੀ ਉਡੀਕ ਨਹੀਂ ਸੀ ਕਰਦਾ ਉਹ ਠਾਠਾ ਮਾਰਦੇ ਦਰਿਆ 'ਚ ਠਿੱਲ ਪੈਣ ਵਾਲਾ ਸ਼ੇਰ ਇਹੜਾ ਸਭ ਨਤੀਜੇ ਆਪਣੀ ਕੱਲੀ ਜਾਨ ਤੇ ਭੁਗਤਣ ਲਈ ਤਿਆਰ ਸੀ ਇਸ ਲਈ ਨਾ ਤਾਂ ਉਹ ਕਿਸੇ ਸ਼ਿਸ਼ਟਾਚਾਰ ਦੀ ਰੇਸ਼ਮੀ ਡੋਰੀ ਚ ਆਪਣੇ ਆਪ ਨੂੰ ਬੰਨਦਾ ਸੀ ਤੇ ਨਾ ਹੀ ਕਿਸੇ ਲਾਲਚ ਵਿੱਚ ਫਸਦਾ ਸੀ ਤੇ ਨਾ ਹੀ ਕਿਸੇ ਦੀ ਨਾਰਾਜ਼ਗੀ ਦੀ ਕੋਈ ਪਰਵਾਹ ਕਰਦਾ ਸੀ ਉਹ ਦਿਨ ਯਾਦ ਹਨ ਜਦੋਂ ਇਹ ਸਕੂਲ ਚ ਬਦਲ ਕੇ ਆਇਆ ਸੀ ਮੀਂਹ ਤੋਂ ਪਹਿਲਾਂ ਆਉਂਦਿਆਂ ਬਗਲਿਆਂ ਦੀਆਂ ਡਾਰਾ ਵਾਂਗ ਉਸ ਨਾਲ ਸੰਬੰਧਤ ਅਵਾੜਾ ਲੋਹੇ ਦਾ ਥਣ ਕਾਨੂੰਨੀ ਕੈਂਟ ਮੋੜ ਸਖਤ ਇਸ਼ਾਨ ਵਰਗੇ ਵਿਸ਼ੇਸ਼ਣ ਉਹ ਤੋਂ ਪਹਿਲਾਂ ਹੀ ਪਹੁੰਚ ਗਏ ਮੈਂ ਸਕੂਲ ਦਾ ਕੰਮ ਚਲਾਉ ਇਨਚਾਰਜ ਸੀ ਮੇਰੇ ਕੋਲ ਚਾਰਜ ਲੈਣ ਦੀ ਜਦੋਂ ਉਹਨੇ ਸਕੂਲ ਨੂੰ ਆਪਣੇ ਅਨੁਸਾਰ ਚਲਾਉਣਾ ਚਾਹਿਆ ਤੇ ਵਿਗੜੀਆਂ ਆਦਤਾਂ ਵਾਲੇ ਅਧਿਆਪਕਾ ਸ਼ਰਾਬ ਪੀਣੀਆਂ ਫਰਲੋ ਮਾਰਨੀਆਂ ਕੁਵੇਲੇ ਆਉਣਾ ਪੀਰੀਅਡ ਨਾ ਲਾਉਣਾ ਜਿਨ੍ਹਾਂ ਦਾ ਨਾਮ ਸੀ ਬੜਾ ਪਿੱਟੇ ਸਕੂਲ ਸਮੇਂ ਸਵੈਟਰ ਹੁੰਦੀਆਂ ਅਧਿਆਪਕਾਵਾਂ ਨੂੰ ਜਦੋਂ ਉਹਨੇ ਕਿਹਾ ਬੀਬੀ ਇਹ ਹਾਜ਼ਰੀ ਨਹੀਂ ਸਕੂਲ ਹੈ ਤਾਂ ਉਹਦੇ ਤੁਰ ਜਾਣ ਪਿੱਛੋਂ ਗੱਲਾਂ ਗੱਲਾਂ ਤੇ ਉਂਗਲਾਂ ਟਿਕਾਉਂਦੀਆਂ ਸ਼ਰਮ ਨਾਲ ਇੱਕ ਦੂਜੀ ਵੱਲ ਵੇਖਦੀਆਂ ਹੋਈਆਂ ਬੁੜਬੜਾ ਕੇ ਝੂਠਾ ਜਿਹਾ ਮੁਸਕਰਾਣ ਦੀ ਕੋਸ਼ਿਸ਼ ਕਰਦੀਆਂ। ਇਹ ਕਿੱਥੋਂ ਆ ਗਿਆ ਓਏ ਧਰਮਰਾਜ ਦਾ ਪੁੱਤ? ਉਹ ਅੰਦਰੋਂ ਬਾਹਰ ਜਾਂਦੇ ਗੁੱਸੇ 'ਚ ਉਬਲਦੇ ਬੁੜਬੜਾਉਂਦੇ ਰਹਿੰਦੇ। ਉਹਨੇ ਸਕੂਲ ਦੇ ਬਿਲਕੁਲ ਹੀ ਨੇੜੇ ਇੱਕ ਕਮਰਾ ਲੈ ਲਿਆ। ਰੋਟੀ ਉਹਦੀ ਸਕੂਲ ਦਾ ਚੌਕੀਦਾਰ ਪਕਾ ਦਿੰਦਾ। ਉਹ ਸਵੇਰੇ ਸਕੂਲ ਲੱਗਣ ਤੋਂ 15 ਮਿੰਟ ਪਹਿਲਾਂ ਹੀ ਤਿਆਰ ਹੋ ਕੇ ਅਰਕਾਂ ਤੱਕ ਕਮੀਜ਼ ਟੰਗ ਕੇ ਸਕੂਲ ਦੇ ਹਾਤੇ 'ਚ ਟਹਿਲਦਾ ਹੁੰਦਾ। ਲੇਟ ਆਉਣ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵੀ ਹੌਲੀ-ਹੌਲੀ ਸਮੇਂ ਸਿਰਉਣ ਦੀ ਆਦਤ ਪੈ ਰਹੀ ਸੀ ਇਸ ਬਿਨਾਚਾਰਾ ਹੀ ਕੋਈ ਨਹੀਂ ਸੀ ਉਹ ਬਥੇਰੀ ਕੋਸ਼ਿਸ਼ ਕਰਦੇ ਵੀ ਉਹਦਾ ਕੋਈ ਉਹਦੀ ਕੋਈ ਕਮਜ਼ੋਰੀ ਹੱਥ ਆਵੇ ਤੇ ਉਹਨੂੰ ਉਛਾਲਣ ਪਰ ਲੱਖ ਯਤਨ ਕਰਨ ਤੇ ਵੀ ਉਹਨਾਂ ਨੂੰ ਉੱਤੇ ਉਂਗਲ ਧਰਨ ਲਈ ਵੀ ਮੈਲੀ ਥਾਂ ਨਹੀਂ ਸੀ ਲੱਭਦੀ ਹੈਡਮਾਸਟਰ ਸਕੂਲਾਂ ਦੇ ਫੰਡ ਖਾਣ ਲਈ ਬਦਨਾਮ ਹੁੰਦੇ ਆ ਪਰ ਉਹ ਸੀ ਕਿ ਫੰਡ ਖਰਚਦਾ ਹੀ ਕੋਈ ਨਹੀਂ ਸੀ ਜਦੋਂ ਦਾ ਆਇਆ ਸੀ ਫੰਡ ਜਮ੍ਹਾਂ ਹੁੰਦੇ ਜਾ ਰਹੇ ਸੀ ਉਹ ਨਹੀਂ ਸੀ ਚਾਹੁੰਦਾ ਉਹ ਕੋਈ ਪੈਸਾ ਖਰਚ ਕਰੇ ਤੇ ਲੋਕ ਉੱਤੇ ਸ਼ੱਕ ਕਰਦੇ ਫਿਰਨ ਹੋਰ ਤਾਂ ਹੋਰ ਤਾਂ ਪਾਣੀ ਪੀਣ ਲਈ ਸ਼ੀਸ਼ੇ ਦੇ ਗਲਾਸ ਖਰੀਦਣ ਨੂੰ ਮਨਜ਼ੂਰੀ ਵੀ ਦੇਣ ਲਈ ਛੇਤੀ ਛੇਤੀ ਤਿਆਰ ਨਹੀਂ ਸੀ ਹੁੰਦਾ ਹੱਸ ਕੇ ਆਖਦਾ ਨਲਕੇ ਤੋਂ ਬੁੱਕ ਬਣਾ ਕੇ ਪਾਣੀ ਪੀਣ ਦਾ ਬੜਾ ਮਜ਼ਾ ਹੁੰਦਾ ਛੋਟੇ ਹੁੰਦੇ ਐਸੀ ਤਰ੍ਹਾਂ ਹੀ ਪਿੰਦੇ ਸੀ ਸਕੂਲ ਲਈ ਮਿਲੀ ਸਰਕਾਰੀ ਗ੍ਰਾਂਟ ਦੀ ਉਹਨੇ ਬਿਨਾਂ ਖਰੀਦਿਆਂ ਇਸ ਲਈ ਮਿਆਦ ਪੁੱਗ ਜਾਣ ਦਿੱਤੀ ਕਿ ਕੋਈ ਉਹਤੇ ਉਂਗਲੀ ਨਾ ਉਠਾਏ ਬਸ ਉਹ ਤਾਂ ਚਾਹੁੰਦਾ ਸੀ ਨਾ ਕੋਈ ਉਹਤੇ ਉਂਗਲ ਉਠਾਏ ਨਾ ਉਹਨੂੰ ਕਿਸੇ ਤੇ ਉਂਗਲ ਠਾਉਣ ਦਾ ਮੌਕਾ ਮਿਲੇ ਉਪਨੀ ਅੱਬਾਂਵਾਂ ਟੰਗ ਕੇ ਆਖਦਾ ਵੇਖੋ ਚੰਦ ਜੇ ਆਖੋ ਮੈਨੂੰ ਡਰਾ ਕੇ ਅੱਗੇ ਲਾ ਲੋਂਗੇ ਤਾਂ ਗੱਲ ਝੂਠੀ ਵੇਲੇ ਸਿਰ ਸਕੂਲ ਆਓ ਪੀਰੀਅਡ ਲਾਓ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਤੇ ਛੁੱਟੀ ਕਰੋ ਮੈਂ ਚੰਦ ਤੁਹਾਡੇ ਤੋਂ ਪੱਠੇ ਤਾਂ ਨਹੀਂ ਉਤਰਾਉਣੇ ਨਾ ਹੀ ਆਪਣੀ ਗਾਂ ਨੂੰ ਗਤਾਵਾ ਕਰਾਉਣੇ ਪਹਿਲਾਂ-ਪਹਿਲਾਂ ਸਭ ਨੇ ਬੜੀ ਤੰਗੀ ਮਹਿਸੂਸ ਕੀਤੀ ਸੇਵਾਦਾਰ ਬੁੱਢਾ ਸਿੰਘ ਦੀ ਗੱਲ ਤਾਂ ਕੁਚਰੇ ਲਈ ਸਾਰੇ ਅਧਿਆਪਕਾਂ 'ਚ ਮਜ਼ਾਕ ਬਣ ਗਈ ਉਹ ਪਹਿਲਾਂ ਕਦੇ ਸਕੂਲੇ ਟਿੱਕੇ ਨਹੀਂ ਸੀ ਬੈਠਾ ਕਦੇ ਘਰ ਮੈਨੂੰ ਪਾਣੀ ਡਾ ਕਦੇ ਪੱਠੇ ਲੈਣ ਤੁਰ ਜਾ ਕਦੀ ਸਕੂਲ ਸਾਹਮਣੇ ਤਾਰੇ ਭੂਤ ਦੀ ਦੁਕਾਨ ਤੇ ਗੱਪਾਂ ਮਾਰਨ ਜਾ ਬੈਠ ਹੁਕਮ ਉਹਨਾਂ ਨੇ ਨੀ ਡੱਕਾ ਤੋੜਨਾ ਨੀ ਜਿਹਦਾ ਸੁਨਹਿਰੀ ਅਸੂਲ ਸੀ ਹੁਣ ਅਨੁਸਾਰੀ ਦਿਹਾੜੀ ਦਫਤਰ ਦੇ ਬਾਹਰ ਸਟੂਲ ਤੇ ਬੈਠਣਾ ਪੈਂਦਾ ਇੱਕ ਦਿਨ ਉਹਦਾ 10-12 ਸਾਲ ਦਾ ਮੁੰਡਾ ਆ ਕੇ ਕਹਿੰਦਾ ਪਾਪਾ ਜੀ ਬੀਬੀ ਆਂਦੀ ਆ ਘਰ ਆ ਕੇ ਰੋਟੀ ਖਾ ਜਾ ਤੇ ਬੁੱਢਾ ਸਿੰਘ ਉਹਨੂੰ ਖਿੱਚ ਕੇ ਪਿਆ ਰੱਬ ਦਾ ਨਾਮ ਲੈ ਪੁੱਤ ਮੈਂ ਇੱਥੇ ਨੌਕਰੀ ਥੋੜਾ ਕਰਦਾ ਮੈਂ ਤਾਂ ਕੈਦ ਆ ਇੱਥੇ ਕੈਦ ਸਕੂਲ ਕਾਦਾ ਇਹ ਤਾਂ ਜੇਲ੍ਹ ਸੈਂਟਰ ਜੇਲ੍ਹ ਮੁੰਡਾ ਹੈਰਾਨ ਹੋਇਆ ਪਏ ਉਹਦੇ ਮੂੰਹal ਵੇਖ ਰਿਹਾ ਸੀ ਜੋ ਪੁੱਤ ਮੇਰੇ ਮੂੰਹal ਕੀ ਵੇਖੀ ਜਾਣਾ ਆਪਦੀ ਮਾਂ ਨੂੰ ਆਖਦੇ ਜਾ ਕੇ ਕਿ ਮੈਂ ਕੈਦ ਚਾਂ ਉਹ ਆਵੇ ਨਾਲੇ ਮੇਰੀ ਰੋਟੀ ਦੇ ਜਾਏ ਨਾਲੇ ਮੁਲਾਕਾਤ ਕਰ ਜੇ ਇਹ ਕੈਦ ਹੌਲੀ ਹੌਲੀ ਸਭ ਨੂੰ ਪਰਵਾਨ ਕਰਨੀ ਪੈ ਰਹੀ ਸੀ ਸਭ ਨੂੰ ਹੌਲੀ ਹੌਲੀ ਗਿਆਨ ਹੋ ਰਿਹਾ ਸੀ ਕਿ ਉਹ ਇੱਕ ਅਫਸਰ ਦੇ ਤੌਰ ਤੇ ਉਹਨਾਂ ਨੂੰ ਦਬਾ ਕੇ ਨਹੀਂ ਰੱਖਣਾ ਚਾਹੁੰਦਾ ਸਗੋਂ ਇਹ ਵਤੀਰਾ ਤਾਂ ਉਹਦੇ ਜੀਵਨ ਢੰਗ ਦਾ ਇੱਕ ਹਿੱਸਾ ਸੀ ਤੇ ਬਾਹਰ ਸੋ ਕੋਈ ਉਹ ਦੇ ਵਿਰੁੱਧ ਬੋਲਦਾ ਫਿਰ ਅੰਦਰੋਂ ਜਦੋਂ ਵੀ ਕੋਈ ਗੰਭੀਰਤਾ ਨਾਲ ਸੋਚਦਾ ਉਹਨੂੰ ਲੱਗਦਾ ਦੋਸ਼ ਉਹਦਾ ਆਪਣਾ ਹੀ ਹੈ ਉਹ ਤਾਂ ਸਿਰਫ ਇਹਸ ਕਰਕੇ ਉਹਨਾਂ ਨੂੰ ਬੁਰਾ ਲੱਗਦਾ ਸੀ ਵੀ ਉਹਨੇ ਉਹਨਾਂ ਦੀ ਤਰਤੀਬ ਤੋੜਤੀ ਸੀ ਉਹਨੇ ਕਿਸੇ ਨੂੰ ਕੀ ਰਾਏ ਦੇਣੀ ਸੀ ਉਹ ਤਾਂ ਕਦੇ ਆਪਣੇ ਆਪ ਨਾਲ ਹੀ ਰਾਏਤ ਨਹੀਂ ਸੀ ਕਰਦਾ ਇੱਕ ਦਿਨ ਦਫਤਰ ਦੀ ਸਫਾਈ ਦਫਤਰ ਦੇਰ ਨਾਲ ਖੁੱਲਣ ਕਰਕੇ ਚੰਗੀ ਤਰ੍ਹਾਂ ਨਹੀਂ ਸੀ ਹੋਈ ਉਹ ਦੇਰੀ ਦਾ ਕਾਰਨ ਜਾਣਨ ਲਈ ਚੌਕੀਦਾਰ ਰਾਜਾਰਾਮ ਨੂੰ ਬੁਲਾਇਆ ਉਹਦਾ ਉੱਤਰ ਸੀ ਸਾਬਾਦਰ ਸਵੇਰੇ ਤੁਹਾਡੀ ਰੋਟੀ ਬਣਾਉਣ ਕਰਕੇ ਦੇਰ ਹੋ ਗਈ ਉਹ ਕੁਛ ਛਿੰਕਲੋਤਾ ਉਸ ਵਾਂਗ ਜਿਵੇਂ ਦੇਖਦਾ ਰਿਹਾ ਜਿਵੇਂ ਮਾਨੀ ਮੰਨ ਚ ਕੋਈ ਫੈਸਲਾ ਲਿਆਰ ਲੈ ਰਿਹਾ ਹੋਵੇ ਫਿਰ ਉਹਨੇ ਫੈਸਲਾ ਸੁਣਾਤਾ ਰਾਜਾ ਰਾਮ ਭਾਈ ਅੱਜ ਤੋਂ ਮੇਰੀ ਰੋਟੀ ਪਕਾਉਣੀ ਬੰਦ ਆਪਣੀ ਰੋਟੀ ਮੈਂ ਆਪ ਬਣਾਉ ਤੂੰ ਡਿਊਟੀ ਤੇ ਕੋਈ ਤਾਈ ਨਹੀਂ ਕਰਨੀ ਉਸ ਦਿਨ ਤੋਂ ਪਿੱਛੋਂ ਸਵੇਰੇ ਸ਼ਾਮ ਆਪਣੀ ਰੋਟੀ ਆਪ ਹੀ ਬਣਾਉਂਦਾ ਲੱਖ ਚੌਕੀਦਾਰ ਨੇ ਤਰਲੇ ਕੀਤੇ ਵੀ ਉਹ ਤੋਂ ਗਲਤੀ ਨਾਲ ਕਹਿ ਹੋ ਗਿਆ ਉਹ ਨੂੰ ਮਾਫੀ ਦੇਵੇ ਉਹਦੀ ਰੋਟੀ ਵੀ ਪਕਾਏਗਾ ਤੇ ਡਿਊਟੀ ਵੀ ਪੂਰੀ ਦੇਵੇਗਾ ਅਸਾਂ ਵੀ ਲੱਖ ਸਮਝਾਇਆ ਕਿ ਉਹ ਖੁਦ ਰੋਟੀ ਪਕਾਉਣਾ ਚੰਗਾ ਥੋੜਾ ਲੱਗੇਗਾ ਪਰ ਹਜ਼ਾਰਾ ਸਿੰਘ ਕਹਿ ਰਿਹਾ ਸੀ ਨਾ ਚੰਦ ਮੈਂ ਗਲਤੀ ਤੇ ਸੀ ਜਦੋਂ ਮੇਰੇ ਜੋ ਦੋ ਹੱਥ ਹੈਗੇ ਨੇ ਮੈਂ ਕਿਉਂ ਨਹੀਂ ਰੋਟੀ ਪਕਾ ਸਕਦਾ ਹੌਲੀ ਹੌਲੀ ਦੂਜੇ ਸਕੂਲਾਂ ਵਿੱਚੋਂ ਵੀ ਅਧਿਆਪਕ ਪਹੁੰਚਣੇ ਸ਼ੁਰੂ ਹੋ ਗਏ ਸੀ ਅਧਿਆਪਕ ਯੂਨੀਅਨ ਦਾ ਬਲਾਗ ਪ੍ਰਧਾਨ ਹੋਣ ਕਰਕੇ ਮੈਂ ਸਵੇਰੇ ਸਾਰੇ ਸਕੂਲਾਂ 'ਚ ਸੁਨੇਹੇ ਭੇਜ ਦਿੱਤੇ ਚੌਕੀਦਾਰ ਨੂੰ ਸਵੇਰੇ ਹੀ ਉਹਨੇ ਪਿੰਡ ਦੇ ਪਿੰਡ ਸੁਨੇਹਾ ਦੇ ਕੇ ਤੋਰਤਾ ਸੀ ਮੈਂ ਚਾਹੁੰਦਾ ਸੀ ਜ਼ਿਲ੍ਹੇ ਦੇ ਨੁਮਾਇੰਦੇ ਵੀ ਪਹੁੰਚ ਜਾਣ ਜ਼ਿਲ੍ਹਾ ਪ੍ਰਧਾਨ ਵੱਲ ਵੀ ਬੰਦਾ ਭੇਜਿਆ ਸੀ ਮੇਰੀ ਇੱਛਾ ਸੀ ਉਹਦੀ ਅੰਤਿਮ ਰਸਮਾਂ 'ਚ ਯੂਨੀਅਨ ਜ਼ਰੂਰ ਸ਼ਾਮਲ ਹੋਵੇ ਭਾਵੇਂ ਮੈਂ ਜਾਣਦਾ ਸੀ ਵੀ ਉਹ ਕਦੇ ਵੀ ਯੂਨੀਅਨ ਦੇ ਬਹੁਤਾ ਹੱਕ 'ਚ ਨਹੀਂ ਸੀ ਹੋਇਆ ਸਗੋਦ ਉਹਦਾ ਤਾਂ ਆਉਂਦਿਆਂ ਮੇਰੇ ਨਾਲ ਵਿਵਾਦ ਹੀ ਇਸ ਗੱਲੋਂ ਸ਼ੁਰੂ ਹੋਇਆ ਸੀ ਮੈਨੂੰ ਉਹ ਵਿਵਾਦ ਗ੍ਰਸਤ ਮਿਲਨੀ ਜਿਉਂਦੀ ਥਿਉ ਯਾਦ ਆ ਉਹਨੇ ਆਪਣੀ ਸਰਮਈ ਪੱਗ ਲਾ ਕੇ ਮੇਜ਼ ਤੇ ਰੱਖ ਦਿੱਤੀ ਸਿਰ ਦੇ ਥੋੜੇ ਜਿਹੇ ਵਾਲ ਸੂਤ ਕੀਤੇ ਮਗਦੇ ਜਾਨਦਾਰ ਗੁਲਾਬੀ ਚਿਹਰੇ ਉੱਤੇ ਲੀਕਰੜ ਬਰੜੀ ਦਾੜੀ ਤੇ ਹੱਥ ਫੇਰਿਆ ਤੇ ਫਿਰ ਬਟਨ ਖੁੱਲੀ ਕਮੀਜ਼ ਨੂੰ ਅਰਕਾਂ ਤੱਕ ਟੰਗ ਕੇ ਬਾਹਵਾ ਮੇਜ਼ ਤੇ ਟਿਕਾਤੀਆਂ ਤੇ ਚੀਤੇ ਵੰਗ ਸ਼ਹਿ ਲਾ ਕੇ ਮੇਰੇ ਵੱਲ ਵੇਖਿਆ ਤੁਸੀਂ ਜੀ ਯੂਨੀਅਨ 'ਚ ਕੰਮ ਕਰਦੇ ਹੋ ਮੈਂ ਹਾਂ ਚ ਮੁਸਕਰਾਇਆ ਮਾਸਟਰ ਜੀ ਮੈਂ ਤਾਂ ਵੇਖਿਆ ਯੂਨੀਅਨ ਵਾਲੇ ਵੀ ਬਹੁਤੇ ਆਪਣਾ ਹੀ ਕੰਮ ਕੱਢਦੇ ਨੇ ਫਿਰ ਸਕੂਲੇ ਨਹੀਂ ਵੜਨਾ ਕਦੇ ਇਸ ਧਰਨੇ ਤੇ ਕਦੇ ਉਸ ਮੁਜਾਰੇ ਤੇ بس ਆਪਣੀਆਂ ਲੀਡਰੀਆਂ ਚਮਕਾਉਂਦੇ ਫਿਰਨਾ ਦੂਸਰੇ ਗਰੁੱਪਾਂ ਨੂੰ ਗਾਲਾਂ ਹੀ ਦੇਈ ਜਾਣੀਆਂ ਤੇ ਮੈਂ ਆਨਾ ਇਹ ਤਨਖਾਹ ਵਧਾਉਣ ਨੂੰ ਜੋ ਚੀਕਦੇ ਰਹਿੰਦੇ ਨੇ ਕਦੀ ਮਾਸਟਰਾਂ ਨੂੰ ਕਿਉਂ ਨਹੀਂ ਆਖਦੇ ਵੀ ਉਹ ਵੀ ਇਮਾਨਦਾਰੀ ਨਾਲ ਕੰਮ ਕਰਨ ਮੈਂ ਸੋਚਿਆ ਇਹ ਇੱਕ ਅਫਸਰ ਦਾ ਦ੍ਰਿਸ਼ਟੀਕੋਣ ਸੀ ਮੈਂ ਆਉਂਦੇ ਉਸ ਨਾਲ ਕਿਸੇ ਵਾਦ-ਵਿਵਾਦ ਚ ਨਹੀਂ ਸੀ ਪੈਣਾ ਚਾਹੁੰਦਾ ਚੰਗੇ ਮਾੜੇ ਬੰਦੇ ਤਾਂ ਹੁੰਦੇ ਹੀ ਆ ਜੀ ਆਪਣਾ ਹੱਕ ਲੈਣ ਲਈ ਤਾਂ ਯੂਨੀਅਨ ਬਿਨਾਂ گزارਾ ਨਹੀਂ ਹੋ ਸਕਦਾ ਤੇ ਜਿਹੜਾ ਮਾਸਟਰ ਕੰਮ ਨਹੀਂ ਕਰਦੇ ਉਹ ਤਾਂ ਜੀ ਵੇਖੋ ਸਾਰਾ ਸਿਸਟਮ ਹੀ ਭ੍ਰਿਸ਼ਟ ਹੋਇਆ ਮਾਸਟਰ ਜਦੋਂ ਵੇਖਦਾ ਚਾਰੇ ਪਾਸੇ ਨੇਰ ਮੱਚਿਆ ਉਹ ਵੀ ਕੋਈ ਦੇਵਤਾ ਤਾਂ ਹੈ ਨਹੀਂ ਉਹ ਇਸ ਗੱਲ ਤੇ ਤਾਂ ਖਾ ਗਿਆ ਚੰਦ ਹਾਲ ਗੱਲ ਨਹੀਂ ਚਾਰੇ ਪਾਸੇ ਨੇਰਾ ਤੁਸੀਂ ਵੀ ਨੇਰ ਮਚਾਈ ਜੋ ਉਹਨੇ ਮੇਰੀ ਗੱਲ ਟੋਕੀ ਸਿਸਟਮ ਤਾਂ ਹੋਇਆ ਪਰ ਬੰਦਾ ਵੀ ਤਾਂ ਕੋਈ ਚੀਜ਼ ਹੁੰਦੀ ਹੈ ਚੰਦ ਉਹਦੇ 'ਚ ਵੀ ਕੋਈ ਅਸਲ ਅਸੂਲ ਹੋਵੇ ਉਹਦੀ ਵੀ ਤਾਂ ਕੋਈ ਰੀਡ ਦੀ ਹੱਡੀ ਹੋਵੇ ਸਿਸਟਮ ਵੀ ਤਾਂ ਬੰਦਿਆਂ ਨਾਲ ਬਣਦਾ ਤੇ ਜੇ ਸਾਰੇ ਬੰਦੇ ਗੁੱਗਲ ਹੋ ਜਾਣ ਉਹ ਸਿਸਟਮ ਤੇ ਸਾਰੀ ਗੱਲ ਸੁੱਟ ਕੇ ਆਪਣਾ ਬਚਾ ਕਰ ਲੈਣ ਦੇ ਹੱਕ 'ਚ ਨਹੀਂ ਸੀ ਉਹ ਵਿਅਕਤੀ ਦੇ ਬੁਨਿਆਦੀ اخلاق ਤੇ ਜ਼ੋਰ ਦੇ ਰਿਹਾ ਸੀ ਮੈਂ ਫਜ਼ੂਲ ਦੀਵਾਦ-ਵਿਵਾਦ ਨੂੰ ਹੋਰ ਨਹੀਂ ਸੀ ਲਮਕਾਣਾ ਚਾਹੁੰਦਾ ਮੈਨੂੰ ਚੁੱਪ ਵੇਕੇ ਬੋਲਿਆ ਸਾਡੇ ਇੱਕ ਨਹਿਰੀ ਪਟਵਾਰੀ ਹੁੰਦਾ ਸੀ ਕਦੀ ਪਟਵਾਰੀ ਵੀ ਇਮਾਨਦਾਰ ਸੁਣਿਆ ਪਰ ਉਹ ਸੀਗਾ ਕਦੀ ਕਿਸੇ ਤੋਂ ਪੈਸੇ ਨਹੀਂ ਲੈਂਦਾ ਮੈਂ ਹੈਰਾਨ ਸੀ ਵੀ ਉਹ ਪਟਵਾਰੀ ਦੀ ਗੱਲ ਕਿੱਥੇ ਲੈ ਬੈਠਾ ਪਰ ਗੱਲ ਪਾਸੇ ਪਈ ਕਰਕੇ ਮੈਂ ਥੋੜੀ ਜੀ ਸੌਖ ਮਹਿਸੂਸ ਕਰਦਾ ਕੁਰਸੀ 'ਚ ਢਿੱਲਾ ਹੋ ਗਿਆ ਗਰਮੀ ਦੇ ਦਿਨ ਸੀ ਜੀ ਉਹ ਬਾਹਰ ਗਰਦੌਰੀ ਕਰ ਰਿਹਾ ਸੀ ਸਾਡੇ ਖੇਤਾਂ 'ਚ ਧੁੱਪ ਬੜੀ ਸੀ ਮੇਰੇ ਤੋਂ ਛੋਟੇ ਨੂੰ ਨੇ ਕਿਹਾ ਵੀ ਗਰਮੀ ਬੜੀ ਹੈ ਉਹ ਨਾਲ ਲੱਗਦੀ ਆਪਣੀ ਬੈਕ ਤੋਂ ਲੱਸੀ ਦੀ ਇੱਕ ਗੜਵੀ ਲੈ ਆਵੇ ਲੋਣ ਪਾ ਕੇ ਤੇ ਮੇਰਾ ਭਰਾ ਲੱਸੀ ਲੈ ਘਰ ਵਾਲੀ ਨੂੰ ਆ ਕੇ ਲੱਸੀ ਚ ਖੰਡ ਪਵਾ ਲਈ ਤੇ ਪਟਵਾਰੀ ਨੇ ਲੱਸੀ ਪੀ ਲਈ ਤੇ ਗਰਦੌਰੀ ਕਰਦਾ ਅੱਗੇ ਤੁਰ ਪਿਆ ਮੇਰਾ ਭਰਾ ਨਾਲ-ਨਾਲ ਸੀ ਉਹ ਕੁਝ ਨੰਬਰ ਛਡਾਉਣਾ ਚਾਹੁੰਦਾ ਸੀ ਉਸ ਪਟਵਾਰੀ ਨੂੰ ਇਸ਼ਾਰਾ ਕੀਤਾ ਤਾਂ ਪਟਵਾਰੀ ਖਲੋ ਗਿਆ ਬੋਜੇ ਚ ਹੱਥ ਮਾਰਿਆ ਇੱਕ ਜਵਾਨੀ ਕੱਢ ਕੇ ਉਹਦੇ ਹੱਥ ਤੇ ਰੱਖਦਾ ਬੋਲਿਆ ਇਹ ਲੱਸੀ ਚ ਪਾਈ ਖੰਡ ਦੀ ਉਹ ਤੇ ਲੱਸੀ ਸਮਝੀ ਕੋਈ ਕੁੱਤਾ ਪੀ ਗਿਆ ਸੀ ਪਰ ਸਰਦਾਰਾ ਨੰਬਰ ਮੈਂ ਕੋਈ ਨਹੀਂ ਛਡਣਾ ਮੇਰਾ ਹਸਪੈ ਉਹ ਕਾਲਾ ਪਹਿਕੇ ਬੋਲਿਆ ਹਸਣ ਵਾਲੀ ਗੱਲ ਨਹੀਂ ਪਟਵਾਰੀ ਵੀ ਤਾਂ ਸਿਸਟਮ ਦਾ ਹੀ ਅੰਗ ਸੀ ਪਰ ਉਹਦਾ ਸਾਰਾ ਜੀਵਨ ਇਸ ਤਰ੍ਹਾਂ ਹੀ ਲੰਘਿਆ ਉਹ ਉਸ ਕਦੀ ਬੇਈਮਾਨੀ ਨਹੀਂ ਕੀਤੀ ਕਦੀ ਵੱਡੀ ਨਹੀਂ ਸੀ ਲਈ ਉਹ ਆਪਣੇ ਵਿਚਾਰਾਂ ਦੀ ਪੁਸ਼ਟੀ ਕਰ ਰਿਹਾ ਸੀ ਇਦਾਂ ਦੇ ਕਰਾਰੇ ਤੇ ਵਿਰਲੇ ਬੰਦੇ ਕੋਈ ਕੋਈ ਹੁੰਦੇ ਨੇ ਜੀ ਮੈਂ ਖਹਿੜਾ ਛਡਾਉਣਾ ਚਾਹਿਆ ਬੰਦਾ ਹੀ ਉਹ ਹੁੰਦਾ ਜਿਹੜਾ ਇਦਾਂ ਹੀ ਇੱਕ ਕਰਾਰਾ ਤੇ ਵਿਰਲਾ ਹੋਵੇ ਭੇਡਾਂ ਚ ਭੇਡ ਜਈ ਵੀ ਕੀ ਹੋਇਆ ਉਪਟਵਾਰੀ ਉਹਦੀ ਰੂਹ ਚ ਰਚਿਆ ਲੱਗਦਾ ਸੀ ਇਸੇ ਲਈ ਉਹ ਖੁਦ ਵੀ ਬੜਾ ਵਿਰਲਾ ਤੇ ਕਰਾਰਾ ਬੰਦਾ ਸੀ ਸੱਚਾ ਤੇ ਰੁੱਖਾ ਕਈ ਵਾਰ ਤਾਂ ਮੈਨੂੰ ਇਹ ਵੀ ਹੈਰਾਨੀ ਹੁੰਦੀ ਸੀ ਵੀ ਉਹ ਦੀ ਮੇਰੇ ਨਾਲ ਕਿਵੇਂ ਬਣਾਈ ਅਸੀਂ ਰੋਜ਼ ਸ਼ਾਮ ਨੂੰ ਇਕੱਠੇ ਹੀ ਸੈਰ ਕਰਨ ਜਾਂਦੇ ਸ਼ਾਮ ਦੇ ਕੁਸਮੁਸੇ ਚ ਕਈ ਵਾਰ ਆਪਣੇ ਅੰਦਰ ਬਹੁਤ ਡੂੰਘਾ ਉਤਰ ਜਾਂਦਾ ਉਹਦੇ ਹੋਠਾਂ ਤੇ ਉਰਦੂ ਦੀ ਖੂਬਸੂਰਤ ਸ਼ਾਇਰੀ ਹੁੰਦੀ ਅਜਾਏ ਪਲਾਂਚ ਲੱਗਦਾ ਜਿਨਾ ਉਹ ਬਾਹਰੋਂ ਸਖਤ ਤੇ ਰੁੱਖਾ ਸੀ ਅੰਦਰੋਂ ਓਨਾ ਹੀ ਕੋਲਾ ਤੇ ਨਰਮ ਸੀ ਕੱਚੀ ਗੰਦਲ ਵਰਗਾ ਰਾਤ ਦੀ ਲੁੰਗੇ ਖामोशी ਚ ਝੂਮਦਾ ਹੋਇਆ ਅਕਸਰ ਰਾਤ ਤੱਕ ਇਸ ਸ਼ਹਿਰੇ ਬੇਚਿਰਾਗ ਮੇ ਜਾਏਗੀ ਤੂੰ ਕਹਾਂ ਆ ਐ ਸ਼ਬੇ ਫिराਕ ਤੁਝੇ ਘਰ ਹੀ ਲੈ ਚਲੇ ਉਹਦੀ ਡਾਇਰੀ ਉਰਦੂ ਦੇ 94 ਸ਼ੇਰਾਂ ਨਾਲ ਤੇ ਦੁਨੀਆ ਦੇ ਮਹਾਨ ਪੁਰਸ਼ਾਂ ਦੇ ਪ੍ਰਾਕਥਨਾ ਨਾਲ ਭਰੀ ਹੋਈ ਸੀ ਉਹਦੀ ਡਾਇਰੀ ਚ ਉਸ ਲਈ ਇਨਾ ਸੇਕ ਸੀ ਕਿ ਉਹਨੂੰ ਪੜਦਿਆਂ ਉਹ ਬਦੋ ਬਦੀ ਪਿਗਲ ਜਾਂਦਾ ਇਸ ਡਾਇਰੀ ਚ ਉਸ ਨੰਨੀ ਬੱਚੀ ਦੇ ਬੋਲ ਉਹਨੇ ਕਈ ਥਾਈ ਉਰਦੂ ਦੇ ਮੋٹے ਅੱਖਰਾਂ ਚ ਲਿਖੇ ਸਨ ਜਿਸ ਬੱਚੀ ਨੂੰ ਉਹਨੇ ਆਪਣੇ ਭਰਾ ਤੋਂ ਇਸ ਕਰਕੇ ਲੈ ਕੇ ਪਾਲਿਆ ਸੀ ਵੀ ਉਹ ਵਿਚਾਰੇ ਘਰ ਹੇਠ ਹਤੇ ਤਿੰਨ ਧੀਆਂ ਜੰਪ ਪਈਆਂ ਸੀ ਤੇ ਉਹਦਾ ਭਾਰ ਘਟਾਉਣਾ ਚਾਹੁੰਦਾ ਸੀ ਸਾਢੇ 4 ਸਾਲ ਦੀ ਨਿੱਕੀ ਜੀ ਸੁਨਹਿਰੇ ਵਾਲਾਂ ਵਾਲੀ ਬੱਚੀ ਰੋਜ਼ ਰਾਤ ਨੂੰ ਉਹਦੀ ਹਿੱਕ ਤੇ ਬੈਠ ਕੇ ਤੋਤਲੀ ਜ਼ੁਬਾਨ ਚ ਪੁੱਛਿਆ ਕਰਦੀ ਸੀ ਪਾਪਾ ਸੂਰਜ ਲਾਤ ਨੂੰ ਸੌਂਕਿਉ ਜਾਂਦਾ ਤੇ ਜਦੋਂ ਸੂਰਜ ਸੌਂਕ ਕੇ ਉੱਠਦਾ ਤਾਂ ਹਰ ਸਵੇਰੇ ਉਹ ਚੋਬਾਰੇ ਦੀਆਂ ਪੋਡੀਆਂ ਚੋਂ ਉਸ ਲਈ ਅਖਬਾਰ ਫੜ ਕੇ ਲੈ ਜਾਂਦੀ ਸੀ ਉਹਦੇ ਆਪਣੇ ਦੱਸੇ ਮੁਤਾਬਕ ਹੀ ਆਖਦੀ ਪਾਪਾ ਤਦੀ ਝੂਠੀਆਂ ਖਬਲਾਂ ਵਾਲੀ ਖਬਾਲ ਆ ਗਈ ਤੇ ਜਿਹੜੀ ਇੱਕ ਦਿਨ ਅਖਬਾਰ ਫੜਨ ਆਈ ਪੌੜੀਆਂ ਚੋਂ ਜਈ ਤਿਲਕੀ ਕੇ ਚਵਾਰੇ ਤੋਂ ਰਿੱੜ ਦੀ ਹੀਠਾਂ ਆ ਡਿੱਗੀ ਉਹ ਦੱਸਦਾ ਜਦੋਂ ਉਹਨੂੰ ਲਹੂ ਲੁਹਾਨ ਪਈ ਨੂੰ ਚੁੱਕ ਕੇ ਡਾਕਟਰ ਵੱਲ ਦੌੜਿਆ ਸੀ ਤਾਂ ਉਹਦੇ ਵਿੰਦਿਆਂ ਵਿੰਦਿਆਂ ਉਹਦੇ ਹੱਥਾਂ 'ਚ ਠੰਢੀ ਹੋ ਗਈ ਸੀ ਉਹਦੀ ਤੋਤਲੀ ਜ਼ੁਬਾਨ ਪਾ ਪਾ ਕਹਿੰਦੇ ਆ ਪਥਰਾ ਗਈ ਸੀ ਤੋਤਲੀ ਕੁੜੀ ਧੌਣ ਸੁਟੇ ਉਹਦੀਆਂ ਬਾਹਾਂ ਤੇ ਪਈ ਸੀ ਤੇ ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਹੁਣ ਕੀ ਕਰੇ ਬੱਚੀ ਦੀਆਂ ਗੱਲਾਂ ਕਰਦੇ ਉਹਦੇ ਹੋਠ ਕੰਬ ਜਾਂਦੇ ਉਹ ਭਾਵਕ ਹੋਇਆ ਡਾਇਰੀ ਤੇ ਨੋਟ ਕੀਤੀਆਂ ਉਹਦੀਆਂ ਤੋਤਲੀਆਂ ਗੱਲਾਂ ਮੈਨੂੰ ਸੁਣਾਉਂਦਾ ਰਹਿੰਦਾ ਉਹਦੀਆਂ ਅੱਖਾਂ 'ਚ ਪਾਣੀ ਤੈਰ ਰਿਹਾ ਹੁੰਦਾ ਉਹ ਜਏ ਪਲਾਂ 'ਚ ਖੁਦ ਬੱਚਾ ਲੱਗਦਾ ਫਿਰ ਉਹ ਇੱਕਦਮ ਆਪਣੇ ਆਪ ਨੂੰ ਝੰੋੜਦਾ ਬਸ ਠੀ ਉਸ ਕੁੜੀ ਮਰਨ ਪਿੱਛੋਂ ਮੈਨੂੰ ਇੰਜ ਲੱਗਦਾ ਇਸ ਦੁਨੀਆ 'ਚ ਕਿਸੇ ਤੋਂ ਵੀ ਬਿਨਾਂ ਜੀਆ ਜਾ ਸਕਦਾ ਹੈ ਕਿਸੇ ਤੋਂ ਵੀ ਬਿਨਾਂ ਜੀ ਸਕਣ ਦੇ ਉਹਦੇ ਨੇਮ ਸਦਕਾ ਯੋ ਕਦੀ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਧੌਣ ਨਿਵਾਣੀ ਤਾਂ ਉਹਨੇ ਸਿੱਖੀ ਨਹੀਂ ਸੀ ਬਹੁਤ ਸਾਰੇ ਝਗੜੇ ਜਾਂ ਵਿਪਤਾਵਾਂ ਥੋੜੀ ਜੀ ਨੀਤੀ ਨਾਲ ਟਲ ਸਕਦੀਆਂ ਹੁੰਦੀਆਂ ਪਰ ਉਹਨੂੰ ਨੀਤੀ ਦੇ ਨਾਂ ਤੋਂ ਹੀ ਨਫ਼ਰਤ ਸੀ ਇਸ ਕਰਕੇ ਨੀਤੀਵਾਣਾ ਨਾਲ ਉਹਨੂੰ ਉੱਚੇ ਚੀਚੜ ਹੁੰਦੀ ਸੀ ਜਿਹੜਾ ਕੋਈ ਨੀਤੀ ਜਾਂ ਸ਼ਕਤੀ ਦਾ ਥੋੜਾ ਜਿਹਾ ਵੀ ਵਿਖਾਲਾ ਕਰਨ ਦਾ ਯਤਨ ਕਰਦਾ ਉਹਨੂੰ ਅਗੋਂ ਸਿੱਧਾ ਉਹ ਟੱਕਰਦਾ ਚੇਅਰਮੈਨ ਦੇ ਭਤੀਜੇ ਦੇਸ਼ਾ ਸਿੰਘ ਨਾਲ ਵੀ ਤਾਂ ਉਹਦੀ ਇਸੇ ਗੱਲੋਂ ਹੀ ਟੱਕਰ ਹੋਈ ਸੀ ਦੇਸ਼ਾ ਸਿੰਘ ਨੂੰ ਸ਼ੱਕ ਸੀ ਕਿ ਉਹਦਾ ਮੁੰਡਾ ਨੌਵੀਂ ਚੋਂ ਪਾਸ ਸੀ ਪਰ ਕਿਸੇ ਮਾਸਟਰ ਨੇ ਲਾਗਤਬਾਜ਼ੀ ਨਾਲ ਉਹਨੂੰ ਫੇਲ ਕਰਤਾ ਸੀ ਹਜ਼ਾਰਾ ਸਿੰਘ ਨੇ ਬਥੇਰਾ ਕਿਹਾ ਕਿ ਅਜਿਹੀ ਗੱਲ ਨਹੀਂ ਹੋ ਸਕਦੀ ਪਰ ਜੇ ਉਹਨੂੰ ਸ਼ੱਕ ਹੈ ਤਾਂ ਉਹ ਮੁੰਡੇ ਦਾ ਰੋਲ ਨੰਬਰ ਵਗੈਰਾ ਦੱਸ ਦੇ। ਉਹ ਆਪ ਪੇਪਰ ਚੈੱਕ ਕਰ ਲਏਗਾ ਪਰ ਦੇਸ਼ਾ ਸਿੰਘ ਬਜਿੱਦ ਸੀ ਕਿ ਪਰਚੇ ਉਹ ਖੁਦ ਵੇਖੇਗਾ। ਬਾਰ-ਬਾਰ ਕਹਿਣ ਤੇ ਵੀ ਜਦੋਂ ਨਾ ਮੰਨਿਆ ਤਾਂ ਹਜ਼ਾਰਾ ਸਿੰਘ ਦਾ ਪਾਰਾ ਚੜ ਗਿਆ। ਉਹਦਾ ਚਿਹਰਾ ਲਾਲ ਸੁਰਖ ਹੋ ਗਿਆ। ਆਦਤਨ ਉਹਨੇ ਕਮੀਜ਼ ਦੀਆਂ ਬਾਹਾਂ ਟੁੰਗਣੀਆਂ ਸ਼ੁਰੂ ਕਰਤੀਆਂ। ਵੇਖੋ ਸਰਦਾਰਾ ਪਹਿਲਾਂ ਤੂੰ ਮੇਰੇ ਮਾਸਟਰ ਤੇ ਸ਼ੱਕ ਕੀਤਾ। ਫਿਰ ਮੈਂ ਤੈਨੂੰ ਆਖਿਆ ਵੀ ਮੈਂ ਪਰਚੇ ਵੇਖ ਲਵਾਂ। ਤੇਰੇ ਨਾਲ ਬੇਇਨਸਾਫੀ ਨਹੀਂ ਹੁੰਦੀ ਤੂੰ ਮੇਰੇ ਤੇ ਨਹੀਂ ਪਤੀਜਿਆ ਜੇ ਤੈਨੂੰ ਮੇਰੇ ਮਾਸਟਰ ਤੇ ਇਤਬਾਰ ਨਹੀਂ ਜੇ ਤੈਨੂੰ ਮੇਰੇ ਉੱਤੇ ਇਤਬਾਰ ਨਹੀਂ ਤਾਂ ਤੂੰ ਕੌਣ ਹੈ ਐਡਾ ਇਤਬਾਰਯੋਗ ਬੰਦਾ ਜਿਹਨੂੰ ਮੈਂ ਪਰਚੇ ਵਿਖਾਵਾਂ ਤਿੱਤਰ ਹੋ ਜਾਏ ਤੂੰ ਤੇ ਉਹਨੇ ਤੀਰਵੰਗ ਆਪਣੀ ਬਾਹਰ ਨੂੰ ਸਿੱਧੀ ਕੀਤੀ ਦੇਸ਼ਾ ਸਿੰਘ ਦੰਦਾਂ ਜੀ ਬੜਬੜਾਇਆ ਅਸੀਂ ਵੇਖ ਲਾਂਗੇ ਕਰਦਾ ਮੈਂ ਚੇਅਰਮੈਨ ਨਾਲ ਗੱਲ ਹੁਣੇ ਘੜੀ ਨੂੰ ਵੇਖਦਾ ਤੂੰ ਹੁਣੇ ਵੇਖ ਜਾਂ ਚੇਅਰਮੈਨ ਨੂੰ ਆਖਦੇ ਮੈਨੂੰ ਫਾਹੇ ਲਾਉਣਾ ਹੀ ਲਾ ਦੇ ਮੈਂ ਚੰਦ ਆਪਣਾ ਬਿਸਤਰਾ ਰਾਤ ਨੂੰ ਖੋਲਦਾ ਤੇ ਦਿਨੇ ਬੰਨ ਕੇ ਰੱਖਦਾ ਪਤਾ ਨਹੀਂ ਕਦੋਂ ਤੁਰਨਾ ਪੈ ਜੇ ਦੇਸਾ ਸਿੰਘ ਗੁੱਸੇ 'ਚ ਭਰਿਆ ਕੁਰਸੀ ਤੋਂ ਉੱਠ ਬੈਠਾ ਤੂੰ ਵੱਡਾ ਚੌਧਰੀ ਵੇਖ ਲਾਂਗੇ ਤੈਨੂੰ ਵੀ ਤੇ ਹਜਾਰਾ ਸਿੰਘ ਵੀ ਉੱਠ ਕੇ ਖਲੋ ਗਿਆ ਉਹਨੂੰ ਤੁਰਦੇ ਨੂੰ ਬਾਹੋਂ ਫੜ ਕੇ ਰੋਕ ਲਿਆ ਹੁਣ ਉਹਦੇ ਬੋਲਾਂ 'ਚ ਗੁੱਸਾ ਨਹੀਂ ਸੀ ਉਹ ਸ਼ਾਂਤ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਚੰਦ ਗੱਲ ਸੁਣ ਮੈਂ ਨਾ ਆਪਣੇ ਭਰਾਵਾਂ ਤੋਂ ਵੱਡਾ ਸੀ ਜਿੰਨਾ ਚਿਰ ਮੈਂ ਘਰ ਰਿਹਾ ਮੇਰੇ ਘਰ 'ਚ ਸਰਦਾਰੀ ਚੱਲਦੀ ਸੀ ਮੇਰੇ ਕਹੇ ਬਿਨਾ ਕੋਈ ਜੀ ਕਦੇ ਹਿੱਲ ਨਹੀਂ ਸੀ ਸਕਦਾ ਆਪਣੇ ਘਰ 'ਚ ਮੈਂ ਚੌਧਰੀ ਹੀ ਸੀ ਤੇ ਜਦੋਂ ਮੈਂ ਪੜਨੇ ਪਿਆ ਸਕੂਲ ਦੇ ਕਾਲਜ ਵਿੱਚ ਮੈਂ ਕੌਡੀ ਦੀ ਟੀਮ ਦਾ ਕਪਤਾਨ ਸੀ ਮੇਰੀਆਂ ਬਾਹਾਂ 'ਚ ਜਾਨ ਸੀ ਤੇ ਬੜੇ ਤੋਂ ਬੜੇ ਮੁੰਡੇ ਵੀ ਮੇਰੇ ਅੱਗੇ ਖੰਗਣ ਦੀ ਜੁਰਤ ਨਹੀਂ ਸੀ ਕਰਦੇ ਮੈਂ ਉਦੋਂ ਵੀ ਚੌਧਰੀ ਹੁੰਦਾ ਸੀ ਇੱਥੇ ਵੀ ਮਹਿਕਮੇ ਨੇ ਮੈਨੂੰ ਚੁਣ ਕੇ ਹਸਾਬ ਨਾਲ ਸਕੂਲ ਦਾ ਚੌਧਰੀ ਲਾਇਆ ਉਹ ਇੱਕ ਪਲ ਨਹੀਂ ਰੁਕਿਆ ਉਹਦੀ ਫੜੀ ਹੋਈ ਬਾਹਾਂ ਢਿੱਲੀ ਛੱਡੀ ਤੇ ਉੱਚੇ ਸੁਰ ਚ ਬੋਲਿਆ ਮੈਂ ਤਾਂ ਚੌਧਰੀ ਆ ਤੇ ਤੂੰ ਕਿੱਧਰ ਦਾ ਚੌਧਰੀ ਆ ਓਏ ਆ ਕੇ ਰੋਵ ਛਾਂਟਦਾ ਰੋਪ ਦਾ ਮੈਂ ਬੜੇ ਬੜੇ ਨਾਡੂ ਖਾਵਾਂਦਾਨੀ ਚੱਲਦਾ ਫਿਰ ਚੇਅਰਮੈਨ ਆਪ ਵੀ ਚੱਲ ਕੇ ਆਇਆ ਉਹਨੇ ਵੀ ਕਿਹਾ ਵੀ ਤਸੱਲੀ ਲਈ ਪਰਚੇ ਵਿਖਾ ਵੀ ਦਿੱਤੇ ਜਾਣ ਤਾਂ ਕੀ ਹਰਜ ਹੈ ਪਰ ਉਹਨੂੰ ਮਨਾਉਣਾ ਜਾਂ ਮੋੜਨਾ ਸੌਖੀ ਗੱਲ ਨਹੀਂ ਸੀ ਚੇਅਰਮੈਨ ਨੂੰ ਛਿੱਥੇ ਬੈ ਕੇ ਮੋੜਨਾ ਪਿਆ ਸੀ ਉਹਨੇ ਹਜ਼ਾਰਾ ਸਿੰਘ ਦੇ ਵਿਰੁੱਧ ਕਿਸੇ ਦੇ ਨਾਂ ਤੇ ਇੱਕ ਦੋ ਸ਼ਿਕਾਇਤਾਂ ਵੀ ਲਿਖੀਆਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇੱਕ ਇਨਕੁਆਇਰੀ ਵੀ ਹੋਈ ਪਰ ਉਹ ਇਹੋ ਜਿਹੀ ਇਨਕੁਆਇਰੀ ਦੀ ਕੀ ਪਰਵਾਹ ਕਰਦਾ ਸੀ ਉਹ ਤਾਂ ਕਹਿੰਦਾ ਸੀ ਮੇਰੀ ਡਾਂਗ ਤੇ ਡੇਰਾ ਹੈ ਉਂਝ ਵੀ ਮਹਿਕਮੇ ਦੇ ਅਫਸਰ ਉਸ ਤੋਂ ਝੇਪਦੇ ਸੀ ਉਹ ਤਾਂ ਉਹਨਾਂ ਨੂੰ ਹੀ ਸਿੱਧਾ ਆਉਂਦਾ ਸੀ ਕੋਈ ਉਹਦੇ ਨਾਲ ਸੱਜੇ ਕੀਤੇ ਸਿੰਘ ਫਸਾਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਜਾਣਦੇ ਸੀ ਉਹਦੇ ਪਾਣੀ ਚ ਡਿੱਗੀ ਇੱਟ ਫਿਰ ਸੁੱਕੀ ਨਹੀਂ ਸੀ ਬਾਹਰ ਨਿਕਲਦੀ ਉਹਦੀ ਦਲੇਰੀ ਤੇ ਬੇਬਾਕੀ ਦੀ ਇੱਕ ਉਦਾਹਰਣ ਤਾਂ ਮਸ਼ਹੂਰ ਸੀ ਇੱਕ ਵਾਰੀ ਹੈਡਮਾਸਟਰਾਂ ਦੀ ਮੀਟਿੰਗ 'ਚ ਉਹ ਇੱਕ ਉੱਚ ਅਧਿਕਾਰੀ ਭਾਸ਼ਣ ਦੇ ਰਿਹਾ ਸੀ ਤੇ ਉਸ ਅਧਿਕਾਰੀ ਨੂੰ ਇਤਰਾਜ਼ ਸੀ ਕਿ ਜੇ ਮੁਖ ਅਧਿਆਪਕ ਚਾਹੁੰ ਤਾਂ ਸਕੂਲ ਦੀ ਹਾਲਤ ਸੁਧਰ ਸਕਦੀ ਹੈ ਪ੍ਰਮੁੱਖ ਵਿਧਾਇਕਤਾਵ ਫੰਡ ਤੇ ਗ੍ਰਾਂਟਾਂ ਖਾਣ ਚ ਰੁੱਝੇ ਰਹਿੰਦੇ ਤੇ ਉਹ ਵੇਗ ਚ ਬੋਲਦਾ ਹੋਇਆ ਕਹਿ ਗਿਆ ਸੀ 올 द ਹੈਡਮਾਸਟਰਸ ਆਰ ਕਰਪਟ ਸਾਰੇ ਹੈਡਮਾਸਟਰ ਚੁੱਪ ਕਰਕੇ ਸੁਣ ਰਹੇ ਸੀ ਕੋਈ ਨਾ ਬੋਲਿਆ ਇਸ ਸਮੇਂ ਹਜ਼ਾਰਾ ਸਿੰਘ ਨੇ ਬਾਹ ਉੱਚੀ ਕੀਤੀ ਉੱਠ ਕੇ ਖਲੋ ਗਿਆ ਉਹਦੇ ਚਿਹਰੇ ਤੇ ਰੋਹ ਸੀ ਸਭ ਦੀਆਂ ਨਜ਼ਰਾਂ ਉਸ ਵੱਲ ਮੁੜ ਗਈਆਂ ਨੋ 올 ਦਾ ਆਫੀਸਰਸ ਆਰ ਕਰਪਟ ਮੀਟਿੰਗ 'ਚ ਸਨਮਾ ਟੱਚ ਆ ਗਿਆ ਉੱਚੇ ਅਧਿਕਾਰੀ ਬੋਲਦਾ ਚੁੱਪ ਕਰ ਗਿਆ ਤੇ ਖੜੋਤੇ ਹੋਏ ਹਜ਼ਾਰਾ ਸਿੰਘ ਵੱਲ ਉਬਲਦੀਆਂ ਨਜ਼ਰਾਂ ਨਾਲ ਵੇਖ ਰਿਆ ਸੀ ਉਹ ਜ਼ਖਮੀ ਸ਼ੇਰ ਵਾਂਗ ਦਾਹੜਿਆ ਤੁਸੀਂ ਇਹ ਗੱਲ ਕਿਹੜੇ ਆਧਾਰ ਤੇ ਕਹਿੰਦੇ ਹੋ ਤੁਹਾਨੂੰ ਸਬੂਤ ਦੇਣਾ ਪੈਗਾ ਨਹੀਂ ਤਾਂ ਨਤੀਜਾ ਭੁਗਤਣਾ ਪੈਗਾ ਇਹਦਾ ਉਹ ਪੂਰੇ ਠਰਮੇ ਨਾਲ ਬੋਲਿਆ ਨਤੀਜੇ ਦੀ ਮੈਨੂੰ ਪਰਵਾਹ ਨਹੀਂ ਤੇ ਸਬੂਤ ਮੇਰੀ ਇਸ ਫਾਈਲ 'ਚ ਹੈਗੇ ਨੇ ਉਹਨੇ ਖੱਬੇ ਹੱਥ 'ਚ ਇੱਕ ਫਾਈਲ ਮੇਜ਼ ਤੋਂ ਚੁੱਕ ਕੇ ਹਵਾ 'ਚ ਲਹਿਰਾਈ ਤੇ ਤੁਸੀਂ ਕਿਹੜੇ ਆਧਾਰ ਤੇ ਸਾਰੇ ਹੈੱਡਮਾਸਟਰਾਂ ਨੂੰ ਕਰਪਟ ਕਹਿੰਦੇ ਹੋ ਤੁਹਾਨੂੰ ਵੀ ਸਬੂਤ ਦੇਣਾ ਪੈਗਾ ਨਹੀਂ ਤਾਂ ਆਪਣਾ ਬਿਆਨ ਬਦਲਣਾ ਪੈਗਾ ਪਹਿਲਾਂ ਮੈਨੂੰ ਕਹੋ ਕਿ ਮੈਂ ਕਰਪਟ ਹਾਂ ਅਧਿਕਾਰੀ ਨੂੰ ਇਸ ਗੱਲ ਦੀ ਆਸ ਨਹੀਂ ਸੀ ਉਹਨੇ ਸ਼ਕੰਜੇ ਚ ਆਪਣੇ ਆਪ ਨੂੰ ਫਸਿਆ ਵੇਖ ਹਜਾਰਾ ਸਿੰਘ ਨੂੰ ਬੈਠ ਬੈਠ ਜਾਣ ਲਈ ਕਿ ਪਰ ਉਹ ਤਾਂ ਫਾਇਲ ਚੁੱਕੀ ਖੜਾ ਸੀ ਸਾਰੇ ਮੁੱਖ ਅਧਿਆਪਕੋ ਦੀ ਪਿੱਠ ਤੇ ਖੜੋ ਗਏ ਸੀ ਲਾਗੇ ਬੈਠੇ ਦੂਜੇ ਅਫਸਰ ਨੇ ਜਦੋਂ ਮਾਮਲਾ ਸ਼ਾਂਤ ਕਰਨਾ ਚਾਹਿਆ ਤਾਂ ਹਜਾਰਾ ਸਿੰਘ ਦੀ ਸ਼ਰਤ ਸੀ ਕਿ ਅਧਿਕਾਰੀ ਆਪਣਾ ਬਿਆਨ ਬਦਲੇ ਹਾਰ ਕੇ ਉਹਨੂੰ ਕਹਿਣਾ ਪਿਆ ਚਲੋ ਸਾਰੇ ਨਹੀਂ ਸਮ ਆਫ ਦਾ ਹੈਡਮਾਸਟਰਸ ਆਰ ਕਰਪਟ ਠੀਕ ਹੈ ਮੈਂ ਵੀ ਕਹਿ ਦਿੰਨਾ ਸਮ ਆਫ ਦਾ ਆਫੀਸਰਸ ਆਰ ਕਰਪਟ ਤੇੰਜੇ ਤਾੜੀਆਂ ਦੇ ਸ਼ੋਰ ਚ ਉਹਨਾਂ ਦਾ ਸਮਝੌਤਾ ਸਿਰੇ ਚੜਿਆ ਸੀ ਮੈਂ ਵੇਖਿਆ ਚੇਅਰਮੈਨ ਵੀ ਪੰਜਾ ਸੱਤਾ ਝੋਲੀ ਚੁੱਕਾਂ ਦੀ ਭੀੜ ਵਿੱਚ ਤੁਰਿਆ ਆ ਰਿਹਾ ਸੀ ਮੇਰਾ ਜੀਕੇ ਤਾਂ ਉੱਚੀ ਉੱਚੀ ਚੇਅਰਮੈਨ ਮੁਰਦਾਬਾਦ ਦੇ ਨਾਰੇ ਲਾਵਾਂ ਤੇ ਫਿਰ ਦੋਹਾਂ ਹੱਥਾਂ ਦੇ ਨੋਹਾਂ ਨਾਲ ਉਹਦਾ ਚਿਹਰਾ ਨੋਚ ਲਾਵਾਂ ਕਪਟੇ ਪਖੰਡੇ ਪਰ ਜਿਆ ਕਰ ਨਾ ਸਕਿਆ ਸਗੋਂ ਉਹਨਾਂ ਨੂੰ ਆਵਾਜ਼ ਦੇ ਕੇ ਅੱਗੇ ਕੁਰਸੀਆਂ ਤੇ ਬੈਠਣ ਲਈ ਆਖਿਆ ਚੇਅਰਮੈਨ ਦੇ ਔਣ ਪਿੱਛੋਂ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਤੇ ਘਣਾਉਣਾ ਮਹਿਸੂਸ ਕਰਨ ਲੱਗ ਪਿਆ ਸੀ ਮੇਰਾ ਜੀ ਕਰਦਾ ਇਥੋਂ ਸੂਟ ਵਟ ਕੇ ਦੌੜ ਜਾਵਾਂ ਇਹ ਮੈਂ ਕੀ ਸੀ ਅਧਿਆਪਕਾਂ ਦੇ ਆਗੂ ਸੱਚ ਤੇ ਸੰਘਰਸ਼ ਲਈ ਨਾਰੇ ਮਾਰਨ ਵਾਲਾ ਅਸਲ 'ਚ ਮੈਂ ਹੀ ਦੋਸ਼ੀ ਸੀ ਮੈਂ ਹੀ ਉਹਨੂੰ ਮਨਾਇਆ ਸੀ ਕਿ ਚੇਅਰਮੈਨ ਨੂੰ ਸ਼ਿਸ਼ਟਾਚਾਰ ਦੇ ਪੱਖੋਂ ਹੀ ਐਮਐਲਏ ਬਣਨ ਦੀ ਵਧਾਈ ਦੇ ਆਈਏ ਦਰਅਸਲ ਮੈਂ ਚਾਹੁੰਦਾ ਸੀ ਅਜੇ ਚੰਗੇ ਬੰਦੇ 'ਚ ਥੋੜੀ ਜਿਹੀ ਲਚਕ ਜ਼ਰੂਰ ਹੋਣੀ ਚਾਹੀਦੀ ਹੈ ਉਹ ਤਾਂ ਖਾਮ-ਖਾਮ ਕਈ ਨਰਾਜ਼ਗੀਆਂ ਸੇੜੀ ਫਿਰਦਾ ਸੀ ਮੈਂ ਚਾਹੁੰਦਾ ਸੀ ਜੇ ਥੋੜਾ ਜਿਹਾ ਵੀ ਉਹ ਆਪਣੇ ਆਪ ਨੂੰ ਨਰਮ ਕਰ ਲਏ ਜਾਂ ਢਾਲ ਲਵੇ ਕਿ ਕਿੰਨਾ ਚੰਗਾ ਹੋਵੇ ਜਦੋਂ ਮਨ ਹੀ ਨਹੀਂ ਸੀ ਰਿਹਾ ਮੈਂ ਹੱਸ ਕੇ ਆਖਿਆ ਤੁਹਾਨੂੰ ਕਲਾਸ 2 ਮਿਲਣ ਵਾਲੀ ਹੈ ਚੇਅਰਮੈਨ ਦੀ ਨਵੀਂ ਵਿਦਿਆ ਮੰਤਰੀ ਨਾਲ ਬਣਦੀ ਹੈ ਕਿਸੇ ਚੰਗੀ ਥਾਂ ਦਾ ਮਾਰਨ ਚ ਮਦਦ ਦੋ ਉਹ ਜੀ ਸਾਰੀ ਖੜਖੜਾ ਕੇ ਹੱਸਿਆ ਜਿਵੇਂ ਸਭ ਕਾਸੇ ਦਾ ਮੁਖਾਲ ਉਡਾਰਿਆ ਹੋਵੇ ਇਹ ਦਾ ਮਾਰਨ ਦਾ ਬਲ ਮਹਾਰਾਜ ਤੁਹਾਨੂੰ ਬਖਸ਼ੇ ਹੱਸਦਾ ਹੱਸਦਾ ਉਹ ਗੰਭੀਰ ਹੋ ਗਿਆ ਤੇ ਆਪਣਾ ਮਨਪਸੰਦ ਫਿਕਰਾ ਦਰ ਆਇਆ ਬੰਦੇ ਨੂੰ ਆਪਣੇ ਪੈਰਾਂ ਤੇ ਕਾਇਮ ਰਹਿਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ ਪਤਾ ਨਹੀਂ ਮੈਂ ਕਿਉਂ ਉਹਨੂੰ ਨਾਲ ਲੈ ਜਾਣ ਲਈ ਬੁਜ਼ਿੱਦ ਸਾਂ ਮੈਨੂੰ ਪਤਾ ਸੀ ਉਹਨੇ ਕਦੀ ਵੀ ਚੇਅਰਮੈਨ ਦਾ ਸਕੂਲ ਨਾਲ ਸੰਬੰਧਿਤ ਕੋਈ ਕੰਮ ਨਹੀਂ ਸੀ ਕੀਤਾ ਸਗੋਂ ਉਹਨੇ ਤਾਂ ਆਦਤ ਅਨੁਸਾਰ ਹਮੇਸ਼ਾ ਉਹਦੀ ਤਾਕਤ ਨੂੰ ਚੈਲੰਜ ਹੀ ਸੁੱਟਿਆ ਸੀ ਅਜੇ ਪਿਛਲੇ ਸਾਲ ਜ਼ਿਲ੍ਹਾ ਅਫਸਰ ਸਿੱਖਿਆ ਦਫ਼ਤਰ ਵੱਲੋਂ ਕੁਝ ਸਾਇੰਸ ਮਾਸਟਰ ਟੈਂਪਰੇਰੀ ਨਿਯੁਕਤੀ ਲਈ ਉਸਕੋ ਇੰਟਰਵਿਊ ਦੇਣ ਆਏ ਉਹਨਾਂ ਚ ਇੱਕ ਚੇਅਰਮੈਨ ਦਾ ਭਨੇਵਾ ਸੀ ਚੇਅਰਮੈਨ ਬੜੇ ਮਾਣ ਨਾਲ ਉਸਕੋ ਲਾਇਆ ਸੀ ਉਸ ਮੈਨੂੰ ਵੀ ਨਾਲ ਲਿਜਾ ਕੇ ਹਜ਼ਾਰਾ ਸਿੰਘ ਨੂੰ ਚੇਚੀ ਬੇਨਤੀ ਕੀਤੀ ਸੀ ਕਿ ਉਹਦੇ ਭਨੇਵੇ ਨੂੰ ਚੁਣ ਲਿਆ ਜਾਏ ਪਰ ਹਜ਼ਾਰਾ ਸਿੰਘ ਨੇ ਕਿਹਾ ਸੀ ਵੇਖੋ ਸਰਦਾਰ ਜੀ ਜੇ ਤਾਂ ਬਣਦੀ ਹੋਈ ਮੈਰਿਟ ਤਾਂ ਮੁੰਡਾ ਸਿਲੈਕਟ ਹੋ ਨਹੀਂ ਤਾਂ ਮੈਂ ਕਿਸੇ ਦਾ ਹੱਕ ਨਹੀਂ ਮਾਰਨਾ ਤੁਸੀਂ ਆਪਣੇਆਂ ਨੂੰ ਉਂਗਲੀ ਲਾ ਕੇ ਤੋੜ ਲਓਗੇ ਤੇ ਬਾਕੀ ਵਿਚਾਰੇ ਡਿੱਡਦੇ ਫਿਰਨ ਉਹਨੇ ਮੁੰਡੇ ਨੂੰ ਨਹੀਂ ਸੀ ਰੱਖਿਆ ਚੇਅਰਮੈਨ ਅੰਦਰੇ ਅੰਦਰ ਸੱਪ ਵਾਂਗ ਬਿਸਕੋਲਦਾ ਰਿਹਾ ਪਰ ਨੀਤੀਬਾਨ ਸੀ ਉਹ ਕਦੀ ਵੀ ਹਜ਼ਾਰਾ ਸਿੰਘ ਨਾਲ ਵਗਾੜੀ ਨਹੀਂ ਸੀ ਉਹ ਜਦੋਂ ਮਿਲਦਾ ਹੱਸ ਕੇ ਮਿਲਦਾ ਹੱਥ ਜੋੜ ਕੇ ਮਿਲਦਾ ਵੋਟਾਂ ਦੇ ਦਿਨਾਂ 'ਚ ਉੱਚੇ ਚਾ ਸਕੂ ਲਾਉਂਦਾ ਰਿਹਾ ਸਾਰੇ ਅਧਿਆਪਕਾਂ ਸਮੇਤ ਹਜ਼ਾਰਾ ਸਿੰਘ ਨੂੰ ਉੱਚੇ ਚੇ ਹੱਥ ਜੋੜ ਕੇ ਮਦਦ ਕਰਨ ਲਈ ਬੇਨਤੀ ਕੀਤੀ ਹਜ਼ਾਰਾ ਸਿੰਘ ਨੂੰ ਆਪਣੇ ਨਾਲ ਲਿਜਾ ਕੇ ਸ਼ਾਇਦ ਮੈਂ ਚੇਅਰਮੈਨ ਨੂੰ ਇਹ ਪ੍ਰਭਾਵ ਦੇਣਾ ਚਾਹੁੰਦਾ ਸੀ ਕਿ ਮੈਂ ਉਹਨੂੰ ਗੰਢ ਕੇ ਚੇਅਰਮੈਨ ਦਾ ਹਿੱਤ ਅਸ਼ੀ ਬਣਾ ਲਿਆ ਮੈਨੂੰ ਕਿਸੇ ਗੁਜਰੀ ਕੋਈ ਲੋੜ ਨਹੀਂ ਉਹਨੇ ਬੜੇ ਰੁੱਖੇ ਹੋ ਕੇ ਗਿਆ ਸੀ ਪਰ ਮੈਂ ਜ਼ਿੱਦ ਕਰ ਰਿਹਾ ਸੀ ਕਿ ਲੋੜ ਨਹੀਂ ਤਾਂ ਨਾ ਸਹੀ ਲੋੜ ਲਈ ਤਾਂ ਸਗੋਂ ਉਹ ਜੇ ਬੰਦੇ ਝੁਕਦੇ ਨਹੀਂ ਉਹ ਤਾਂ ਬਸ ਆਪਸੀ ਸਹਿਚਾਰ ਦਾ ਮਸਲਾ ਸੀ ਨਾਲੇ ਅਸੀਂ ਤਾਂ ਚੇਅਰਮੈਨ ਦਾ ਕਦੀ ਕੋਈ ਕੰਮ ਕੀਤਾ ਨਹੀਂ ਸੀ ਉਹਦੇ ਆਖੇ ਕਦੀ ਕੋਈ ਮੁੰਡਾ ਵੀ ਸ਼ਾਇਦ ਪਾਸ ਨਹੀਂ ਸੀ ਕੀਤਾ ਪਰ ਉਹ ਫੇਰ ਵੀ ਜਦੋਂ ਮਿਲਦਾ ਆਦਰ ਨਾਲ ਮਿਲਦਾ ਕਈ ਵਾਰ ਘਰ ਆਉਣ ਦਾ ਸੱਦਾ ਵੀ ਦੇ ਚੁੱਕਾ ਸੀ ਇਸ ਲਈ ਉਸ ਕੋਲ ਜਾਣ ਦੀ ਕਦੀ ਇੱਛੇ ਸੀ ਮੈਂ ਉਹਨੂੰ ਨਿਮਰ ਤੇ ਨਿਰਮਾਨ ਹੋਣ ਲਈ ਕਿਹਾ ਉਹਨੇ ਨਾਂ ਜਾਣ ਨੂੰ ਉਹਦੀ ਹੌਮੇ ਨਾਲ ਤੁਲਨਾ ਦਿੱਤੀ ਤੇ ਕਿਹਾ ਕਿ ਉੰਜ ਵੀ ਤਾਂ ਰੋਜ਼ ਸੈਰ ਕਰਨ ਜਾਂਦੇ ਹੀ ਸੀ ਅੱਗੇ ਸੂਏ ਦੇ ਖੱਬੇ ਹੱਥ ਜਾਂਦੇ ਸੀ ਅੱਜ ਸੱਜੇ ਹੱਥ ਚਲੇ ਜਾਣਗੇ ਪਿੰਡੋਂ ਬਾਰ ਬਾਰ ਸੂਏ ਦੇ ਸੱਜੇ ਹੱਥੀ ਤਾਂ ਉਹਦੀ ਗੋਠੀ ਸੀ ਪਤਾ ਨਹੀਂ ਉਹਦੇ ਮਨ 'ਚ ਕੀ ਆਈ ਪਰਸੋਂ ਦਾੜਿਆ ਖਲੋਤਾ ਉਹ ਆਖਰ ਮੰਨ ਗਿਆ ਸੀ ਸੂਰਜ ਦੂਰ ਪਰ ਇਸ ਫਾਇਦਿਆਂ ਦੇ ਸਿਰ ਉੱਤੇ ਹੱਥ ਫੇਰਦਾ ਹੀਠਾਂ ਤੁਰਿਆ ਜਾ ਰਿਹਾ ਸੀ ਚੇਅਰਮੈਨ ਦੀ ਵੱਡੀ ਕੋਠੀ ਦੇ ਬਾਹਰ ਕਿਆਰੀਆਂ 'ਚ ਗੁਲਾਬ ਖਿੜੇਆਂ ਸੀ ਕੋਠੀ ਦਾ ਬਾਹਰਲਾ ਗੇਟ ਅੱਧਾ ਟੁੱਕਿਆ ਹੋਇਆ ਸੀ ਤੇ ਮੈਂ ਅੱਗੇ ਵੱਧ ਕੇ ਸੱਜੇ ਹੱਥ ਨਾਲ ਦਰਵਾਜ਼ਾ ਧੱਕਿਆ ਤਾਂ ਇੱਕ ਨੁਕਰੇ ਪਰਛਾਵੇਂ 'ਚ ਵੱੱਦਾ ਵੱਡਾ ਸੈਸ਼ਨ ਭੌਂ ਗਿਆ ਹਜ਼ਾਰਾ ਸਿੰਘ ਮੇਰੇ ਪਿੱਛੇ-ਪਿੱਛੇ ਸੀ ਸਾਹਮਣੇ ਵਰਾਂਡੇ 'ਚ 10-12 ਬੰਦੇ ਬੈਠੇ ਸੀ ਕੁਝ ਮੰਝੀਆਂ ਤੇ ਉਹਨਾਂ 'ਚੋਂ 2-4 ਪਿੰਡ ਦੇ ਬੰਦੇ ਸੀ ਬਾਕੀ ਇਲਾਕੇ ਦੀ ਪਾਰਟੀ ਦੇ ਕਾਰਕੁਨ ਸੀ ਚੇਅਰਮੈਨ ਅੰਦਰ ਵੱਡੇ ਕਮਰੇ 'ਚ ਕਿਸੇ ਨਾਲ ਗੱਲ ਨਹੀਂ ਰੁੱਝਾ ਸੀ ਤੇ ਜਦੋਂ ਅਸੀਂ ਆ ਕੇ ਵਾਰਾਂਡੇ 'ਚ ਖਲੋਤੇ ਤਾਂ ਹਜ਼ਾਰਾ ਸਿੰਘ ਦੇ ਚਿਹਰੇ 'ਤੇ ਇਸ ਤਰ੍ਹਾਂ ਦੇ ਪ੍ਰਭਾਵ ਸਨ ਜਿਵੇਂ ਉਹ ਰਾਹ ਭੁੱਲ ਕੇ ਗਲਤ ਥਾਂ ਆਵੜਿਆ ਹੋਵੇ। ਜਾਣੂ ਬੰਦਿਆਂ ਨੇ ਸਾਨੂੰ ਸੱਸੀ ਕੱਲ ਕਹੀ। ਇੱਕ ਨੇ ਦਰਵਾਜ਼ੇ ਦੇ ਬਿਲਕੁਲ ਨਾਲ ਪਈ ਕੁਰਸੀ 'ਤੇ ਉਹਨੂੰ ਬੈਠਣ ਲਈ ਕਿਹਾ ਤੇ ਚੇਅਰਮੈਨ ਅੰਦਰ ਸਧਾਰਨ ਪਰ ਲੰਮੀ ਗੱਲਬਾਤ ਰੁੱਝਾ ਲੱਗਦਾ ਸੀ ਤੇ ਸਾਨੂੰ ਕਿਹੜਾ ਉਚੇਚਾ ਕੰਮ ਸੀ। ਅਸੀਂ ਤਾਂ ਸਿਰਫ ਸਦਭਾਵਨਾ ਦੌਰੇ ਤੇ ਆਏ ਸੀ ਇਸ ਲਈ ਮੈਂ ਚਾਇਆ ਬਹੁਤ ਸਿਰ ਉਡੇਕਨ ਦੀ ਥਾਂ ਅੰਦਰ ਜਾ ਕੇ ਚੇਅਰਮੈਨ ਨੂੰ ਮਿਲ ਲਈ ਤੇ ਫਿਰ ਜਾਂਦੇ ਰਹੀਏ ਤੇ ਹਜ਼ਾਰਾ ਸਿੰਘ ਦੀ ਪ੍ਰਵਾਨਗੀ ਨਾਲ ਬੰਦਰ ਲੰਘਿਆ ਉਹ ਬਾਹਰ ਕੁਰਸੀ ਤੇ ਬੈਠਾ ਰਿਹਾ ਮੈਨੂੰ ਅੰਦਰ ਆਇਆ ਵੇਖ ਕੇ ਚੇਅਰਮੈਨ ਕੋਲ ਬੈਠੇ ਬੰਦੇ ਵੱਲੋਂ ਧਿਆਨ ਮੋੜ ਕੇ ਮੁਸਕਰਾਇਆ ਸੱਜੇ ਹੱਥ ਸੋਫੇ ਦੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਉਹ ਆਪ ਧੀਜ ਜਿਹਾ ਆਇਆ ਨੂੰ ਉਹਦੇ ਚਿਹਰੇ ਤੇ ਨਵੀਂ ਮਿਲੀ ਤਾਕਤ ਦਾ ਜਲਾਲ ਵੀ ਸੀ ਤੇ ਸਿਆਸਤਦਾਨਾਂ ਵਾਲੀ ਨਿਮਰਤਾ ਵੀ ਮੈਂ ਖੜੋਤੇ ਕਿਹਾ ਜੀ ਹੈਡਮਾਸਟਰ ਸਾਹਿਬ ਪਤਾ ਨਹੀਂ ਚੇਅਰਮੈਨ ਨੂੰ ਕੀ ਹੋਇਆ ਉਹਦੀਆਂ ਨਾਸਾਂ ਚੌੜੀਆਂ ਹੋ ਗਈਆਂ ਉਹਨੂੰ ਸ਼ਾਇਦ ਅੰਦਰ ਖਾਤੇ ਚੋਣਾ ਚ ਮੇਰੇ ਵੱਲੋਂ ਕੀਤੇ ਵਿਰੋਧ ਦਾ ਵੀ ਪਤਾ ਸੀ ਨਹੀਂ ਤਾਂ ਮੇਰਾ ਹੀ ਕੁਝ ਲਿਹਾਜ਼ ਕਰਦਾ ਇਹੋ ਜੇ ਬਦਦਮਾਗ ਬੰਦੇ ਦੀ ਤਾਂ ਮੈਂ ਸ਼ਕਲ ਵੇਖਣ ਨੂੰ ਤਿਆਰ ਨਹੀਂ ਤੂੰ ਉਹਨੂੰ ਨਾਲ ਲੈ ਆ ਮੈਂ ਬੁੱਤ ਦਾ ਬੁੱਤ ਬਣ ਕੇ ਉੱਥੇ ਖੜੋਤਾ ਰਹਿ ਗਿਆ ਚੇਅਰਮੈਨ ਨੇ ਗੱਲ ਇੰਨੀ ਉੱਚੀ ਕਹੀ ਸੀ ਕਿ ਉਹ ਕਮਰੇ ਦੇ ਦਰਵਾਜ਼ੇ ਦੇ ਐਨ ਨਾਲ ਬੈਠੇ ਹਜ਼ਾਰਾ ਸਿੰਘ ਨੇ ਤਾਂ ਭਲੀ ਭਾਂਤ ਸੁਣ ਲਈ ਸੀ ਸਗੋਂ ਦੂਜੇ ਬੰਦਿਆਂ ਨੇ ਵੀ ਸੁਣ ਲਈ ਸੀ ਮੇਰੀਆਂ ਤਲੀਆਂ 'ਚੋਂ ਸ਼ਰਮ ਤੇ ਗੁੱਸੇ ਨਾਲ ਸੇਕ ਨਿਕਲ ਰਿਹਾ ਸੀ ਮੈਂ ਉਹਨੀ ਪੈਰੀ ਬਾਹਰ ਨਿਕਲਦੁਰਿਆ ਉਹ ਮੇਰੀ ਗੱਲ ਤਾਂ ਸੁਣ ਪਿਛੋਂ ਚੇਅਰਮੈਨ ਦੀ ਆਵਾਜ਼ ਆਈ ਹਜ਼ਾਰਾ ਸਿੰਘ ਮੇਰੇ ਨਿਕਲਣ ਤੋਂ ਪਹਿਲਾਂ ਹੀ ਤੁਰ ਕੇ ਬਾਹਰ ਦਰਵਾਜ਼ੇ ਤੱਕ ਪਹੁੰਚ ਚੁੱਕਾ ਸੀ ਮੈਂ ਮਨ ਚ ਲੱਖ ਸ਼ੁਕਰ ਕੀਤਾ ਕਿ ਆਪਣੀ ਆਦਤ ਦੇ ਅਨੁਲਟ ਚੇਅਰਮੈਨ ਦੀ ਗੱਲ ਸੁਣ ਕੇ ਖਾਮੋਸ਼ ਉੱਠਾਇਆ ਸੀ ਨਹੀਂ ਤਾਂ ਹੋਰ ਵਿਪਤਾ ਪੈਂਦੀ ਮੈਂ ਤੇਜ਼ ਕਦਮੀ ਤੁਰਦਾ ਉਹਦੇ ਨਾਲ ਹੋਇਆ ਉਹਦੇ ਚਿਹਰੇ ਤੇ ਪਸੀਨਾ ਚੋਰਿਆ ਸੀ ਮੂੰਹ ਲਾਲ ਸੁਰਖ ਹੁੰਦਾ ਜਾ ਰਿਹਾ ਸੀ ਸਾਡੇ ਦੋਹਾਂ ਦੇ ਮਨ ਅੰਦਰ ਸ਼ਰਮ ਤੇ ਗੁੱਸੇ ਨਾਲ ਖੌਰੂ ਪਿਆ ਸੀ ਨਾ ਮੇਰੇ ਨਾਲ ਬੋਲ ਰਿਹਾ ਸੀ ਨਾ ਹੀ ਮੇਰੇ ਵਿੱਚ ਉਹਨੂੰ ਬੁਲਾਉਣ ਦੀ ਹਿੰਮਤ ਸੀ ਉਹ ਕਦੇ-ਕਦੇ ਖੱਬੀ ਅੱਖ ਨੱਪ ਕੇ ਨਾਸਤਾ ਫੁਰਕੜਾ ਮਾਰਦਾ ਜਿਵੇਂ ਬੜੀ ਔਖੀ ਤਰ੍ਹਾਂ ਆਰੇ ਸਾਹ ਨੂੰ ਨਿਕਾਸ ਦੇ ਰਿਹਾ ਹੋਵੇ ਵੇਖਦੇ ਹੀ ਵੇਖਦੇ ਆ ਉਹਦੀ ਕਮੀਜ਼ ਮੁੱਢ ਕੇ ਨਾਲ ਗੜਚ ਚ ਹੋ ਗਈ ਚਿਹਰੇ ਤੇ ਪਸੀਨਾ ਤਰੇਲ ਦੀਆਂ ਮੋਟੀਆਂ ਬੂੰਦਾ ਵਾਂਗ ਟਪਕ ਰਿਹਾ ਸੀ ਮੂੰਹ ਲਾਲ ਹੋਰ ਲਾਲ ਹੁੰਦਾ ਜਾ ਰਿਹਾ ਸੀ ਤੇ ਪਿੰਡ ਵੱੜਦਿਆਂ ਤੱਕ ਉਹ ਅਸਲੋਂ ਘਰਕ ਗਿਆ ਸੀ ਹਫ ਗਿਆ ਸੀ ਦੂਰ ਪੱਛਮ 'ਚ ਜਦੋਂ ਸੂਰਜ ਛਿਪਣ ਲਈ ਨੀਵਾ ਹੋ ਰਿਹਾ ਸੀ ਉਹ ਮੈਨੂੰ ਬਿਨਾਂ ਬੁਲਾਇਆ ਆਪਣੇ ਕਮਰੇ 'ਚ ਜਾ ਵੜਿਆ। ਮੇਰੀ ਹਿੰਮਤ ਨਹੀਂ ਸੀ ਪੈਰੀ ਮੈਂ ਉਸ ਨਾਲ ਕੋਈ ਗੱਲ ਕਰਾਂ। ਸ਼ਰਮਿੰਦੇ ਜਿਹਾ ਹੋ ਕੇ ਉਹਨੂੰ ਕਮਰੇ 'ਚ ਵੜਦੇ ਨੂੰ ਪਿੱਠ ਪਿੱਛੇ ਹੀ ਸੱਸੀ ਕਹਈ। ਉਹਨੇ ਕੋਈ ਜਵਾਬ ਨਾ ਦਿੱਤਾ। ਅੰਦਰ ਜਾ ਕੇ ਪੱਖੇ ਦਾ ਸਵਿੱਚ ਆਨ ਕੀਤਾ ਧੜਾਮ ਮੰਜੇ ਤੇ ਡਿੱਗ ਪਿਆ। ਕੁਝ ਪਲ ਬਾਅਦ ਖਲੋਤਾ ਮੈਂ ਅੰਦਰ ਜਾਣ ਲਈ ਹੱਥ ਪੈਰ ਮਲ ਮਲਦਾ ਰਿਆ ਪਰ ਮੇਰੀ ਹਿੰਮਤ ਨਾ ਪਈ ਤੇ ਆਖਰ ਮੈਂ ਆਪਣੇ ਮਨ ਤੇ ਮਣਾ ਮੁਹੀ ਭਾਰ ਲੈ ਕੇ ਘਰੋਂ ਤੁਰ ਪਿਆ। ਸਵੇਰੇ ਜਦੋਂ ਰੋਜ਼ਵੰਗ ਸਕੂਲ ਲੱਗਣ ਤੋਂ 15 ਮਿੰਟ ਪਹਿਲਾਂ ਸਕੂਲ ਦੇ ਆਹਾਤੇ ਚ ਟਹਿਲ ਦਾ ਨਜ਼ਰ ਨਾ ਆਇਆ ਤਾਂ ਕਮਰੇ ਚ ਵੇਖਣ ਤੇ ਪਤਾ ਲੱਗਾ ਵੀ ਉਹ ਤਾਂ ਸੁੱਤਾ ਪਿਆ ਉੱਠਿਆ ਹੀ ਨਹੀਂ ਸੀ। ਉਹਦਾ ਖੱਬਾ ਹੱਥ ਉਹਦੀ ਛਾਤੀ ਤੇ ਘੁੱਟਿਆ ਹੋਇਆ ਸੀ। ਕਦੀ ਨਾ ਝੁੱਕਣ ਵਾਲੀ ਧੌਣ ਸੱਜੇ ਪਾਸੇ ਟੇਢੀ ਹੋਈ ਪਈ ਸੀ। ਲੱਤਾਂ ਆਕੜੀਆਂ ਪਈਆਂ ਸੀ। ਉਹ ਤਾਂ ਨੂੰ ਖੜੇ ਸਿੱਧੇ ਪੈਰ ਗੈਰੇ ਸਨ। ਬੰਦੇ ਨੂੰ ਆਪਣੇ ਪੈਰਾਂ ਤੇ ਕਾਇਮ ਰਹਿਣਾ ਚਾਹੀਦਾ ਹੈ, ਡੋਲਣਾ ਨਹੀਂ ਚਾਹੀਦਾ। ਡਾਕਟਰ ਨੇ ਜਦੋਂ ਵੇਖ ਕੇ ਦੱਸਿਆ ਕਿ ਮੌਤ ਅਚਾਨਕ ਸਦਮੇ ਨਾਲ ਦਿਲ ਫੇਲ ਹੋਣ ਕਰਕੇ ਹੋਈ ਐ ਤਾਂ ਮੇਰਾ ਜੀ ਕੀਤਾ ਕਮਰੇ ਦੀ ਕਿਸੇ ਨੁੱਕਰ ਚ ਬਿੰਦੂ ਬਣ ਕੇ ਸਿਮਟ ਜਾਵਾਂ ਮੈਂ ਅੰਦਰ ਹੀ ਅੰਦਰ ਆਪਣੇ ਆਪ ਨੂੰ ਕਾਤਲ ਤੇ ਦੋਸ਼ੀ ਸਮਝ ਰਿਹਾ ਸੀ ਇੱਕ ਸ਼ਰਮ ਦਾ ਅਹਿਸਾਸ ਮੇਰੇ ਤੇ ਚਿਪਕ ਗਿਆ ਮੇਰਾ ਜੀ ਕਰਦਾ ਸੀ ਲੋਕਾਂ ਦੀ ਭੀੜ ਤੋਂ ਮੂੰਹ چھਪਾ ਲਵਾਂ ਤੇ ਕਮਰੇ 'ਚ ਖਲੋਤੇ ਲੋਕਾਂ ਦੀਆਂ ਅੱਖਾਂ ਤੋਂ ਚਿਹਰਾ ਛਪਾਉਣ ਲਈ ਮੈਂ ਅੱਗੇ ਵਧ ਕੇ ਉਹਦੀ ਸੱਜੀ ਬਾਹਂ ਹੀਟ ਪਈ ਡਾਇਰੀ ਨੂੰ ਚੁੱਕਣ ਲੱਗਾ ਡਾਇਰੀ ਦਾ ਪੰਨਾ ਮਰੋੜਿਆ ਲੱਗਦਾ ਸੀ ਜਿਸ ਤੇ ਮੋٹے ਉਰਦੂ ਅੱਖਰਾਂ 'ਚ ਲਿਖਿਆ ਸੀ ਪਾਪਾ ਸ਼ੂਲ ਜਲਾਤ ਨੂੰ ਸ਼ੌਂ ਕਿਉਂ ਜਾਂਦਾ ਹੈ ਧੰਨ